ਜੁੜੀਆਂ ਨੇ ਜਿਹੜੇ ਸਾਨੂੰ ਸਾਥ ਸਹਿਯੋਗ ਦਿੰਦੀਆਂ। ਸੱਜਣੋ ਜਤਿੰਦਰ ਪੰਨੂ ਸਾਹਿਬ ਆਪਣੇ ਨਾਲ ਜੁੜ ਬੈਠੇ ਨੇ ਤੇ ਪੰਨੂ ਸਾਹਿਬ ਤਾਂ ਹਮੇਸ਼ਾ ਹੀ ਜੁੜੇ ਨੇ ਜੀ, ਕਦੇ ਕਦੇ ਲਾਈਨ ਨਹੀਂ ਮਿਲਦੀ ਹੁੰਦੀ, ਬਸ ਇੰਨਾ ਅੜਿੱਕਾ ਹੁੰਦਾ। ਸੋ ਉਹਨਾਂ ਦੀ ਸੋਚ ਸਾਡੇ ਨਾਲ ਨਾਲ ਰਹਿੰਦੀ ਹੈ, ਅਸੀਂ ਕਿੰਨਾ ਖਰਾ ਉਤਰਦੇ ਹਾਂ ਉਸ ਦੇ ਉੱਤੇ ਇਹ ਤਾਂ ਨਹੀਂ ਪਤਾ। ਤੇ ਰਹੀ ਗੱਲ ਸਾਡੇ ਸਪਾਂਸਰ ਸੱਜਣ ਦੀ, ਬਾਈ ਸੁਖਮਿੰਦਰ ਸਿੰਘ ਸੁੱਖਾ ਸੰਧੂ ਹੋਰੇ, ਉਹ ਸਾਡੇ ਪ੍ਰੋਗਰਾਮ ਨੂੰ ਖਾਸ ਕਰਕੇ ਅੱਜ ਦੇ ਦਿਨ ਸਪਾਂਸਰ ਕਰਦੇ ਨੇ, ਹਰਿਆਣਾ ਇੰਡੀਅਨ ਐਪਲਸ ਤੋਂ ਸਾਡੇ ਸਹਿਯੋਗੀ ਸੱਜਣ ਨੇ, ਬਹੁਤ ਧੰਨਵਾਦ ਉਹਨਾਂ ਦਾ। ਪੰਨੂ ਸਾਹਿਬ ਸਵਾਗਤ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ ਸੁਖਨਾਬ ਜੀ, ਬਹੁਤ ਮਿਹਰਬਾਨੀ। ਪੰਨੂ ਸਾਹਿਬ, ਦੇਸ਼ ਦੇ ਵਿਚ ਸਭ ਤੋਂ ਜ਼ਿਆਦਾ ਟਾਈਮ ਲੋਕ ਸਭਾ ਦੇ ਵਿਚ ਜਿੱਤ ਕੇ ਆਉਣ ਵਾਲੇ, ਕਦੇ ਸਾਹਿਤਕਾਰ ਕਦੇ ਰਾਜਨੀਤਿਕ, ਕਈ ਵਾਰ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਮੌਤ ਸੇ ਠਣ ਗਈ ਪਰ ਮੌਤ ਵੀ ਅਟਲ ਸੱਚਾਈ ਹੈ ਜੀ, ਉਹ ਲਈ ਗਈ ਆਪਦੇ ਕੋਲ। ਉਹ ਬੰਦਾ ਬੜਾ ਦਿਲਚਸਪ ਪਰਸਨੈਲਿਟੀ ਵਾਲਾ ਸੀ ਜੀ। ਉਹਨੇ ਇਕ ਵਾਰੀ ਇਕ ਚੋਣ ਜਲਸੇ ਚ ਮਜ਼ਾਕ ਦੇ ਮੂਡ ਚ ਆਖਿਆ, ਪਰ ਆਖਿਆ ਵੀ ਉਥੇ ਜਿਥੇ ਮਤਲਬ ਉਹਦਾ ਆਪਣਾ ਜਨਮ ਵਾਲਾ ਟਿਕਾਣਾ ਸੀ ਗਵਾਲੀਅਰ ਚ ਜੀ। ਕਹਿੰਦਾ ਅਸੀਂ ਚਾਰ ਭਰਾ ਸੀ, ਇਕ ਹੋ ਗਿਆ ਅਵਧ ਬਿਹਾਰੀ, ਦੂਸਰੇ ਦਾ ਨਾਂ ਰੱਖਤਾ ਆ ਬਿਹਾਰੀ, ਤੀਸਰੇ ਦਾ ਨਾਂ ਰੱਖਤਾ ਉਹ ਬਿਹਾਰੀ, ਤਿੰਨ ਹੋ ਗਏ। ਕਹਿੰਦਾ ਫਿਰ ਮਾਂ ਬਾਪ ਨੂੰ ਹੋਰ ਬੱਚਾ ਚਾਹੀਦਾ ਨੀ ਸੀ ਜੀ, ਮੈਂ ਜੰਮ ਪਿਆ। ਉਹਨੇ ਆਖਿਆ ਟਲਿਆ ਨੀ, ਇਹਦਾ ਨਾਂ ਰੱਖ ਦਿਓ ਅਟਲ ਬਿਹਾਰੀ ਜੀ। ਮਤਲਬ ਉਹ ਦੂਸਰਿਆਂ ਦੇ ਉੱਤੇ ਨੀ, ਆਪਣੇ ਉੱਤੇ ਵੀ ਇਸ ਹੱਦ ਤੱਕ ਟਿੱਪਣੀ ਕਰ ਜਾਂਦਾ ਸੀ। ਇਹ ਗੁਣ ਕਿਸੇ ਕਿਸੇ ਚ ਹੁੰਦਾ ਨੀ, ਤੇ ਦੂਜਿਆਂ ਤੇ ਸਾਰੇ ਕਰਦੇ, ਆਪਣੇ ਆਪ ਤੇ ਬਹੁਤ ਘੱਟ ਕੋਈ ਕਰਦਾ। ਦੂਸਰਾ ਪੱਖ ਹੈ ਕਿ ਉਹ ਕਵਿਤਾ ਲਿਖਦਾ ਸੀ, ਇੱਕ ਉਹਦੀ ਬੜੀ ਫੇਵਰੇਟ ਕਵਿਤਾ ਸੀ, ਕਾਲ ਕੇ ਕਪਾਲ ਪਲ ਲਿਖਤਾ ਮਿਟਾਤਾ ਹੂੰ ਗੀਤ ਨਯਾ ਗਾਤਾ ਹੂੰ। ਯਾਨੀ ਵਕਤ ਦੇ ਮੱਥੇ ਦੇ ਉੱਤੇ ਲਿਖ ਦਿੰਦਾ, ਬੁਝਾ ਦਿੰਦਾ, ਫਿਰ ਨਵਾਂ ਲਿਖ ਦਿੰਦਾ, ਕੋਈ ਨਵਾਂ ਲਿਖਦਾ, ਨਵਾਂ ਗਾਉਣਾ, ਇਹ ਉਹਦਾ ਇੱਕ ਅੰਦਾਜ਼ ਸੀ। ਤੀਸਰੀ ਗੱਲ ਇਹ ਕਿ ਉਹ 47 ਸਾਲ ਪਾਰਲੀਮੈਂਟ ਚ ਰਿਹਾ, ਜਿਹਦੇ ਚੋਂ 10 ਵਾਰੀਆਂ ਲੋਕ ਸਭਾ ਚ ਤੇ 2 ਵਾਰੀਆਂ ਰਾਜ ਸਭਾ ਚ ਜੀ। ਲੋਕ ਸਭਾ ਦੇ ਵਿਚ ਸਭ ਤੋਂ ਵੱਧ ਵਾਰੀਆਂ ਦਾ ਰਿਕਾਰਡ ਹੈ ਇੰਦਰਜੀਤ ਗੁਪਤੇ ਦਾ ਜੀ, ਕਾਮਰੇਡ ਇੰਦਰਜੀਤ ਗੁਪਤਾ, ਜਿਹੜਾ ਹੋਮ ਮਿਨਿਸਟਰ ਵੀ ਰਿਹਾ ਸੀ ਦੇਵਗੌੜਾ ਤੇ ਗੁਜਰਾਤ ਸਰਕਾਰਾਂ ਚ। ਉਹ 11 ਵਾਰ ਲੋਕ ਸਭਾ ਦਾ ਮੈਂਬਰ ਰਿਹਾ, ਸਿਰਫ ਇੱਕ ਚੋਣ ਹਾਰਿਆ ਸੀ ਜੀ। ਤੇ ਜਿਹੜਾ ਉਹ ਸੋਮਨਾਥ ਚੈਟਰਜੀ ਸੀ, ਉਹ 10 ਵਾਰ ਲੜਿਆ ਤੇ 1 ਵਾਰ ਚੋਣ ਹਾਰਿਆ, ਪੀਐਮ ਸਾਹਿਬ 10 ਵਾਰ ਜਿੱਤਿਆ ਤੇ 1 ਵਾਰ ਚੋਣ ਹਾਰਿਆ। ਅਟਲ ਬਿਹਾਰੀ ਵਾਜਪਾਈ ਆਪਣੀ ਜ਼ਿੰਦਗੀ ਦੇ ਵਿਚ 10 ਵਾਰ ਜਿੱਤਿਆ ਤੇ 2 ਵਾਰੀ ਚੋਣ ਹਾਰਿਆ ਸੀ, ਤੇ ਉਹ ਦੋਵੇਂ ਵਾਰੀਆਂ ਦੇ ਵਿਚ ਫਿਰ ਰਾਜ ਸਭਾ ਦਾ ਮੈਂਬਰ ਬਣ ਜਾਂਦਾ ਰਿਹਾ। ਰਾਜ ਸਭਾ ਦੀ ਟਰਮ 6 ਸਾਲ ਦੀ ਹੁੰਦੀ ਹੈ ਜੀ, ਪਰ ਦੋਵੇਂ ਵਾਰੀ ਇਹਨੇ 6 ਸਾਲ ਪੂਰੀ ਨੀ ਕੀਤੀ, ਕਿਉਂਕਿ ਉਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਆ ਗਈਆਂ ਤੇ ਲੋਕ ਸਭਾ ਮੈਂਬਰ ਬਣ ਕੇ ਫਿਰ ਉਧਰੋਂ ਛੱਡ ਕੇ ਇਧਰ ਆ ਜਾਂਦਾ ਸੀ। 47 ਸਾਲ ਪਾਰਲੀਮੈਂਟ ਚ ਛਾਏ ਰਹਿਣਾ ਇਹ ਬਹੁਤ ਵੱਡੀ ਗੱਲ ਹੁੰਦੀ ਆ ਜੀ। ਇਹਦੇ ਚ ਸਖਤੀ ਵੀ ਬਹੁਤ ਸੀ ਤੇ ਇਹਦੇ ਵਿਚ ਮੌਕਾ ਵੇਖ ਕੇ ਹਾਲਾਤ ਦੀ ਨਜ਼ਾਕਤ ਸਮਝ ਕੇ ਮੋੜਾ ਕੱਟਣ ਦੀ ਗੁੰਜਾਇਸ਼ ਵੀ ਬਹੁਤ ਸੀ ਜੀ। ਕਾਰਗਿਲ ਦੀ ਜੰਗ ਤੋਂ ਬਾਅਦ ਜਦੋਂ ਜਨਰਲ ਮੁਸ਼ਰਫ ਬਣ ਗਿਆ ਜੀ, ਉਥੋਂ ਦਾ ਫੌਜੀ ਰਾਸ਼ਟਰਪਤੀ, ਤੇ ਇੱਕ ਮੌਕਾ ਸੀ ਸਾਡੇ ਪਾਰਲੀਮੈਂਟ ਦੇ ਉੱਤੇ ਹਮਲਾ ਹੋ ਗਿਆ, ਇਹਨੇ ਫਿਰ ਫੌਜਾਂ ਚਾੜ ਦਿੱਤੀਆਂ ਬਾਰਡਰ ਨੂੰ, ਤੇ ਜੰਮੂ ਕਸ਼ਮੀਰ ਵਿਚ ਜਾ ਕੇ ਫੌਜਾਂ ਲੱਗੀਆਂ ਸੀ। ਪ੍ਰੈਸ ਵਾਲਿਆਂ ਨੇ ਪੁੱਛਿਆ ਕਿ ਹੁਣ ਇਰਾਦਾ ਕੀ ਹੈ, ਕਹਿੰਦਾ ਇਰਾਦਾ ਤਾਂ ਸਾਫ ਹੈ ਜੀ, ਬਾਦਲ ਜਬ ਕਰ ਦਿੱਤੇ ਆ, ਬਿਜਲੀਆਂ ਚਮਕਤੀ ਹੈ, ਤੇ ਫਿਰ ਜੋ ਹੋਤਾ ਹੈ ਆਪਕੋ ਪਤਾ ਹੀ ਹੈ ਕਿਆ ਹੋਤਾ ਹੈ, ਅਬ ਤੋ ਹੋਗਾ। ਰਾਤ ਰਾਤ ਪਾਕਿਸਤਾਨ ਵਾਲਿਆਂ ਨੇ ਫਿਰ ਤਰਲੇ ਮਾਰੇ ਅਮਰੀਕਾ ਦੇ ਕਿ ਹੁਣ ਕੰਮ ਵਿਗੜਨਾ ਜਾਂਦਾ ਵੀ ਰੋਕੋ ਜੀ। ਅਮਰੀਕਾ ਵਾਲਿਆਂ ਨੇ ਵੀ ਪ੍ਰੈਸ਼ਰ ਪਾਇਆ, ਵਾਜਪਾਈ ਜੀ ਇਸ ਹੱਦ ਤੱਕ ਨਾ ਜਾਓ, ਅਸੀਂ ਉਹਨੂੰ ਵੀ ਘੂਰਿਆ ਫੌਜੀ ਨੂੰ, ਤੇ ਹੁਣ ਤੁਸੀਂ ਜਿੱਦ ਛੱਡੋ। ਇਹ ਥੋੜਾ ਜਿਹਾ ਮੰਨਿਆ ਤੇ ਅਗਲੇ ਦਿਨ ਫਿਰ ਇਹਨੇ ਆਖਿਆ ਕਿ ਦੇਖਦੇ ਹੈ ਅਮਨ ਸਿਆਸੀ ਕੋਈ ਚੀਜ਼ ਨਹੀਂ। ਤੇ ਇੱਕ ਪੱਤਰਕਾਰ ਨੇ ਆਖਿਆ ਜੀ ਤੁਸੀਂ ਕੱਲ ਕਹਿੰਦੇ ਸੀ ਬਾਦਲ ਜਬ ਗਰਜਤੇ ਹੈ, ਬਿਜਲੀਆਂ ਜਬ ਚਮਕਤੀ ਹੈ, ਤਾਂ ਫਿਰ ਜੋ ਹੋਤਾ ਹੈ ਆਪਕੋ ਪਤਾ ਹੀ ਹੈ ਵੋ ਤੋ ਹੋਗਾ ਹੀ, ਤੇ ਅੱਜ ਤੁਸੀਂ ਅਮਨ ਦੀ ਗੱਲ ਕਰਦੇ। ਕਹਿੰਦਾ
आपको समझना चाहिए, कई बार बादल भी गरजते हैं, बिजलियां भी चमकती हैं, पर कुछ भी नहीं होता। तो इस बार कुछ भी नहीं हुआ, इस तरह मतलब पलटी मार के भी तुरजिंदर सिंह गल्ला करदिया अपनी तकरीर दा धनी सी, पर तकरीर दा धनी हुंदिया कदे कदे जे थोड़े बहुत लफ्जां दा वाधा घाटा हो जावे ते उन्हां दी पलटी मारनी भी आउंदी सी। एक बार इन्हें पार्लीमेंट तकरीर करदिया यह कहता कि जदों महमूद गजनवी आया ते सारनाथ दे मंदिर ते हमला कीता, थल्यों किसे ने टोकिया आख्या सारनाथ नहीं जी सोमनाथ, एकदम गल कट के कहिंदा कोई फर्क नहीं पड़ता मेरे लिए, सोमनाथ सारनाथ कैलाश नाथ सारे के सारे नाथ एक जैसे शरद है। ए मतलब जिन्ने भी नाथ ने हिंदू धर्म दे केदारनाथ कैलाश नाथ वगैरह, कहना मेरे वास्ते ये सारे बराबर दे श्रद्धा वाले आ, ना दा कोई फर्क नहीं पैंदा। इन्नी तेजी नाल मौका संभाल जाना ये बहुत औखा हुंदा। फिर इन्नू एक गल दा रंज भी रहा कि बहुत कट्टड़ हिंदू जिहड़ी सियासत है उस धिर दे नाल जुड़िया सी, उहदे विच हुंदिया भी आम तौर ते मॉडरेट होण दा यतन करदा सी, ते जदों भाजपा चढ़त विच आ रही सी उदों अचानक एक चिट्ठी लीक हो गई ते पता लगा कि अमरीका दे अंबैसडर ने अपने राष्ट्रपति नूं चिट्ठी लिखी है कि भाजपा दा जनरल सैकटरी मैनूं मिलिया सी ते इह गल कह गया कि असीं होर चीज आ, वाजपेई साडा मुख नहीं उह सिर्फ मखौटा जिहड़ा असीं अगे लाया। वाजपेई नूं इस गल दी इन्नी चिप चढ़ी कि थोड़े दिन बाद एक समागम सी, ने समागम विच तकरीर करदिया करदिया कहता अब तो आपको ये भी पता है कि मैं पार्टी का मुख नहीं रहा, मुखौटा हो गया हूं। फिर कई दिन लगातार यह पार्टी दे समागमां विच मीटिंगां विच नहीं सी गया, इन्ना ज्यादा इन्हें मानती भी यह गल आई सी, बड़ी मुश्किल नूं पार्टी वाले मना के लियाए सन। जिहड़े जनरल सैकटरी ने बारे आख्या सी कि मुख नहीं मुखौटा है, वह जनशक्ति की पार्टी से छुट्टी करनी पई सी। हुण वह बंदा जदों बीजेपी दे नाल कोई पार्टी जुड़न नूं तैयार नहीं सी, उदों सारियां पार्टियां नूं जोड़ के ते एक गठजोड़ खड़ा कर लेना यह सिर्फ उसे दा कम सी, ते उसे दे नां ते कट्ठे हो गए सी, अडवाणी दे नां ते लोग कट्ठे नहीं सी हो सकदे, ते उसे दे नां दे उत्ते सरकार चल गई ते पहली बारी गैर कांग्रेसी सरकार भारत विच पांच साल चली सी, नहीं ते कदे चली नहीं सी, यह सिर्फ वाजपेई दा करके चली सी। अज जदों नहीं रहा, कई गलां ते मतभेद भी हो सकते हैं, कई कुछ हो सकता, पर इथो तक कि जो मर्जी हालात होए होण लोकी यह महसूस करते कि एक वैकम पैदा हो गया, एक खालीपन एक खला पैदा हो गया जिहड़ा वाजपेई दे जान नाल हो गया, यह होना निश्चित है जी। पन्नू साहब नाल नाल यह है कि अज प्रधानमंत्री होरां दी जिहड़ी अंतम यात्रा निकली, साबका प्रधानमंत्री होरां दी और मौजूदा प्रधानमंत्री नाल नाल तुरे, वह कहते मैं तो शून्य हो गया, मैं जीरो हो गया, काफी भावक गल्लां जिहड़ियां प्रधानमंत्री नरेंद्र मोदी होरां ने कीतियां, इन्हां दा साहित्यक सफर किवें रहा ते कूटनीतिक किस तरह दे सी, इहदी थोड़ी जी गल तां तुसीं कर ली है, पर बहुत सारियां गल्लां जिहड़ियां ओह इन्हां दे विरुद्ध भी बड़ियां भुगतदियां रहियां कि समें समें दे उत्ते इन्हां ने स्टैंड ओहो जिहा ही लिया जिहो जिहा अज भी आर एस एस लैंदी है। देखो जिहड़ा ते अज वाले प्रधानमंत्री ने जो कुछ किया मैं उन्हूं को बहुता वजन नहीं दिंदा, यह प्रधानमंत्री विखावा ज्यादा करता। जदों इन्हें पार्लीमेंट च जाना सी ते पार्लीमेंट दीआं पौड़ियां ते भी मत्था टेकिया, यह गुजरात का मुख्यमंत्री बन लगा ते पहले दिन जदों स्टेज ते गया इन्हें अडवाणी दे जिहड़ा उत्थे शंकर सिंह वगैरा सी उह जिन्ने भी सन वड्डे लीडर उन्हां दे कले कले दे पैरियां हथ लाए, इन्हें सुषमा स्वराज दे भी पैरियां हथ लाए सी और उन्हां सारिआं ने पिठ ते थापी दित्ती सी जी, ते हौली हौली इन्हें एक एक करके सारे खूंजे लाते सी, उह भी सारिआं नूं पता पार्लीमेंट दीआं पौड़ियां ते मत्था टेक के गया ते अंदर पार्लीमेंट च इन्हें किस तरह का विहार किया उह भी सारिआं नूं पता। अज उह कहिंदा कि मैं शून्य हो गया हूं, जदों गुजरात दे दंगियां तों बाद वाजपेई उत्थे गया ते वाजपेई ने प्रेस कॉन्फ्रेंस विच कहा
कि मैं प्रधानमंत्री के तौर पर ये याद दिलाने आया हूं कि एक राजधर्म भी होता है जिसमें जात धर्म के नाम पर कोई वितकरा नहीं होता। तो इन्हें ओदी गल टोक के प्रेस कॉन्फ्रेंस रखी सी, वही राजधर्मी तो मैं कर रहा हूं। और वाजपेयी का चेहरे का रंग उड़ गया सी, क्योंकि अज तक कदे भी किसी प्रधानमंत्री नूं कदे किसी मुख्यमंत्री विरोधी धिर वाले ने भी इस तरह प्रेस कॉन्फ्रेंस विच नहीं सी टोकया जिस तरह मोदी ने टोकया सी। और मुड़के जो जाके वाजपेयी ने दिल्ली च कहता कि मोदी नहीं रह सकता, दो दिन बाद गोवा दे विच पार्टी की कॉन्फ्रेंस सी, उत्थे सारी तैयारी सी कि मोदी नूं ला दित्ता जावे। ते मोदी ते अडवाणी ने सलाह करके पहला मोदी ने जाके आप ही इस्तीफा दे दिता और इना प्रेशर बनाया कि शाम नूं जिहड़ा पब्लिक जलसा सी उहदे विच वाजपेयी नूं मोदी का विरोध करना छड के दूजी तकरीर करनी पई कि ये लोग करते क्या है, ये जहां भी बैठते हैं ना खुद चैन से बैठते ना दूसरों को बैठने देते हैं, इनकी इस आदत की वजह से गुजरात में दंगा हुआ है। सारी तकरीर उहदी मुसलमानों के खिलाफ हो गई, इन्ना ज्यादा पार्टी की लीडरशिप के दबाव थले पलटी मार जाना ये तो कई लोगों को चंगा नहीं सी लगा। पर एक पक्ष हो रहा हुआ डिप्लोमेसी का, देश तो बाहर जाके जी इस देश नूं डिफेंड करना इसका पक्ष पेश करने दे विच वाजपेयी का कोई मुकाबला नहीं। नरसिम्हा राव की सरकार सी जी, बेनजीर भुट्टो के मुकाबले यूएनओ च बोलने वास्ते इनू भेजा गया सी कि साडा पक्ष वाजपेयी जी पेश करनगे। जदों नरसिम्हा राव तो बाद देवगौड़ा आया ते देवगौड़ा तो बाद इंद्र कुमार गुजराल, गुजराल खुद दो बार विदेश मंत्री रह चुका सी, उन्हें प्रधानमंत्री बन के जदों भरोसे का वोट लिया ते तकरीर कीती ते तकरीर करदिआं उन्हें पार्लीमेंट च कहा सी सरकार मेरी है मैं प्रधानमंत्री हां, पर जदों किते दुनिया के मंच उत्ते जाके बोलना पिया मेरी सरकार का पक्ष पेश करने वास्ते मैं किसी होर नूं नहीं भेजांगा, तुसी विरोधी धिर विच बैठे हो भी अटल जी साडे लीडर हो साडे वल्लों साडे देश का पक्ष पेश करने वास्ते यूएनओ च तुसी जाओगे। ये गल बहुत वड्डी सी कि वाजपेयी विरोधी धिर विच लीडर भी बैठा होया भी सरकार वल्लों पक्ष पेश करने वास्ते उत्थे जावे ते इहदे उत्ते इन्ना भरोसा कीता जावे। पर कदे कदे कुछ पुठे काम भी हो जांदे रहे, वह आरएसएस दे दबाव थले सी। वाजपेयी प्रधानमंत्री हुंदिआं अमरीका च गया, इहदे गया तो उत्थे आरएसएस वाले दा दबाव पिया, इन्हें एक मिनिस्टर अग्निहोत्री सी उहनूं मिनिस्टर एट लार्ज बनाता, मिनिस्टर ने अंबेसडर एट लार्ज यानी उक्का पुक्का अमरीका वास्ते एक वखरा अंबेसडर बगैर किसी अहुदे तों उहनूं अपॉइंट करता क्योंकि आरएसएस वाले चाहुंदे सन। ते जिहड़ा अमरीका विच अंबेसडर सीगा भारत दा उन्हें आखा जी मैनू फिर दस दियो कि भड़के दफ्तर विच मैं आउणा कि इन्हें आउणा, मैनू यह दस दियो कि इहदा स्टेटस की होगा ते मेरा की होगा जदों अमरीका की सरकार कोल जाना, उहदे नाल गल मैं करनी इंडिया के अंबेसडर के तौर पर कि इन्हें करनी अंबेसडर एट लार्ज के तौर पर। उधरों जिहड़ा अंबेसडर एट लार्ज बनाया सी वह पुछण लग पिया जी मेरा दफ्तर कित्थे आ, मेरा अमला उत्थे लै कित्थे आ, मैनू दस्या जावे। इहने फिर आरएसएस वालिआं नूं आख्या कि तुसां कहा सी इहनूं बनाओ, मैं बनाता, हुण दसो कि संविधान दे विच खड़े पैरा सोधा करके ये नवीआं पोस्टां कौन क्रिएट करूगा, कराओ। फिर आरएसएस ते बीजेपी वाले सारे थले लग गए ते इन्हें वह मसला इस तरह संभालिया कि ना तो किते फैसले से काटा ही मारिया ना अमल ही किया, उहदा मिनिस्टर एट लो अंबेसडर एट लार्ज सी उहनूं आख्या हुण तू जिथे कहेगा ना चुप करके बह जा, मिलना तेनूं कख नहीं। बड़े आराम नाल मसला शांत करके संभाल दिता सी, इदां दे राह कढ़ने मैनूं बहुत आउंदे हुंदे सन ते उही कारण है जी कि इन्ना लम्मा समां हंड गया। जे पाकिस्तान दे नाल उन्हें डिप्लोमेसी दे विच किसे वक्त छोटां दित्तियां ते किसे वक्त सख्तियां भी कीतियां और इहो जिहियां सख्तियां कीतियां कि पाकिस्तान दी सरकार उहदे तों घबरा के अमरीका दा तरला मारन भी गई सी, इह सारा कुछ नोट करन वाला जिहदे च उहदी शख्सियत दे कई पक्ष उभरदे आ। पर अंत नूं इह उभरदा कि आरएसएस वालिआं दा जदों दबाव पैंदा सी उह दबाव थले इन्ना ज्यादा मतलब आ जांदा सी कि पार्लीमेंट विच उहनां दे दबाव थले इन्हें कहा कोई मेरे संघ परिवार को कुछ ना बोले, वो मेरा परिवार है, उसके बारे में कोई बात नहीं करेगा। तो साफ दिसदा सी कि वाजपेयी नहीं बोल रहा,
ਵਾਜਪਾਈ ਦੇ ਪਿੱਛੇ ਸੰਘ ਪਰਿਵਾਰ ਦਾ ਦਬਾਅ ਬੋਲ ਰਿਹਾ, ਇਹ ਵੀ ਸਥਿਤੀਆਂ ਆ ਜਾਂਦੀਆਂ ਸਨ ਜੀ। ਪੰਨੂ ਸਾਹਿਬ, ਵਾਜਪਾਈ ਹੋਰਾਂ ਦੇ ਨਾਲ ਕਿਤੇ ਨਾ ਕਿਤੇ ਨਵਜੋਤ ਸਿੱਧੂ ਹੋਰਾਂ ਦੀ ਗੱਲ ਵੀ ਜੁੜ ਕੇ ਸਾਹਮਣੇ ਆ ਰਹੀ ਹੈ। ਅੱਜ ਪਾਕਿਸਤਾਨ ਦੇ ਵਿਚ ਉਥੇ ਇਮਰਾਨ ਖਾਨ ਹੋਰੇ ਸਹੁੰ ਚੁੱਕ ਸਮਾਗਮ ਰਚਾ ਰਹੇ ਨੇ ਜਾਂ ਉਨ੍ਹਾਂ ਦੇ ਦੇਸ਼ ਦੀ ਸਰਕਾਰ ਨੇ ਰਚਾਇਆ ਤੇ ਉਨ੍ਹਾਂ ਨੇ ਸਹੁੰ ਚੁੱਕਣੀ ਹੈ, ਚੁੱਕ ਲਈ ਹੋਊ ਹੁਣ ਤੱਕ, ਤੇ ਨਵਜੋਤ ਸਿੰਘ ਸਿੱਧੂ ਹੋਰੇ ਉਥੇ ਜਾ ਰਹੇ ਆ ਜਾਣ ਦੇ ਵਾਸਤੇ ਤਿਆਰੀ ਦੇ ਵਿਚ ਸੀ, ਮੈਨੂੰ ਨੀ ਪਤਾ ਪਹੁੰਚੇ ਜਾਂ ਨਹੀਂ, ਇਹ ਤਾਂ ਜਾਣਕਾਰੀ ਤੁਸੀਂ ਦੇ ਸਕਦੇ ਹੋ, ਪਰ ਇਸ ਦੇ ਉਤੇ ਵੀ ਸਵਾਲ ਖੜੇ ਹੋ ਰਹੇ ਨੇ। ਅਕਾਲੀ ਦਲ ਨੇ ਕਿਹਾ ਕਿ ਜੀ ਜਦੋਂ ਦੇਸ਼ ਦੇ ਵਿਚ ਸੋਗ ਹੋਵੇ ਤੇ ਇਹ ਪਾਕਿਸਤਾਨ ਦੇ ਵਿਚ ਖੁਸ਼ੀਆਂ ਚ ਸ਼ਾਮਲ ਹੋਣ ਜਾ ਰਹੇ ਨੇ। ਬਲਜੀਤ ਸਿੰਘ ਚੀਮਾ ਹੋਰਾਂ ਨੇ ਇਹ ਕਮੈਂਟ ਕਰਕੇ ਸਟੇਟਮੈਂਟ ਦਿੱਤੀ ਹੈ। ਦੇਖੋ ਉਹ ਸਮਾਗਮ ਭਲਕੇ ਹੋਣਾ 18 ਨੂੰ, ਇਹ ਬੰਦਾ ਅੱਜ ਵਾਗੇ ਤੋਂ ਪਾਰ ਚਲਾ ਗਿਆ। ਅਕਾਲੀਆਂ ਦਾ ਇਹ ਕਹਿਣਾ ਕਿ ਸੋਗ ਵਰਤ ਗਿਆ ਤੇ ਇਹਨੂੰ ਨਹੀਂ ਜਾਣਾ ਚਾਹੀਦਾ, ਜਾਂ ਤੇ ਅਕਾਲੀ ਪਹਿਲਾਂ ਸਹਿਮਤ ਹੋਣ ਜੀ, ਸਹੀ ਵੀਰ ਸਿੰਘ ਬਾਦਲ ਦਾ ਬਿਆਨ ਤੇ ਕੱਲ ਆਇਆ ਸੀ ਜੀ, ਜਦੋਂ ਉਹਨੇ ਕਿਹਾ ਸੀ ਇਹਨੂੰ ਤਾਂ ਪੱਕੇ ਤੌਰ ਤੇ ਪਾਕਿਸਤਾਨ ਭੇਜਣਾ ਚਾਹੀਦਾ, ਇਹਨੂੰ ਕੋਈ ਪੱਕਾ ਹੀ ਉੱਥੇ ਰਿਹਾ ਪੇ ਇੱਥੇ ਕੀ ਕਰਦਾ ਜੀ, ਉਹ ਤੇ ਪਹਿਲਾਂ ਤੋਂ ਉਹਦੇ ਖਿਲਾਫ਼ ਬਿਆਨ ਦਿੰਦੇ ਪਏ ਨੇ। ਮੇਰੀ ਆਪਣੀ ਨਿੱਜੀ ਸਮਝ ਆ ਕਿ ਜਿਸ ਤਰ੍ਹਾਂ ਕਪਿਲ ਦੇਵ ਤੇ ਸੁਨੀਲ ਗਾਵਸਕਰ ਨੇ ਆਖਿਆ ਕਿ ਅਸੀਂ ਇਮਰਾਨ ਖਾਨ ਦੇ ਸੱਦੇ ਦਾ ਸਤਿਕਾਰ ਕਰਦੇ ਹਾਂ, ਉਹਨੇ ਸੱਦਿਆ ਦੀ ਮਿਹਰਬਾਨੀ, ਪਰ ਦੋਵਾਂ ਦੇਸ਼ਾਂ ਦੇ ਸਬੰਧ ਇਸ ਤਰ੍ਹਾਂ ਦੇ ਨਹੀਂ ਕਿ ਅਸੀਂ ਉੱਥੇ ਜਾਈਏ। ਇਸ ਵੇਲੇ ਦੋਵਾਂ ਦੇਸ਼ਾਂ ਦੀਆਂ ਟੀਮਾਂ ਇੱਕ ਦੂਸਰੇ ਵੱਲ ਖੇਡਣ ਨਹੀਂ ਜਾ ਸਕਦੀਆਂ, ਹਾਲਾਤ ਬਹੁਤ ਖਰਾਬ ਨੇ। ਉਨ੍ਹਾਂ ਖਰਾਬ ਹਾਲਾਤ ਦੇ ਵਿਚ ਅਸੀਂ ਇਸ ਵੇਲੇ ਆਪਣੀ ਸਰਕਾਰ ਤੋਂ ਪੁੱਛੇ ਬਗੈਰ ਨਹੀਂ ਜਾ ਸਕਦੇ, ਤੇ ਉਹ ਗੱਲ ਨਵਜੋਤ ਸਿੱਧੂ ਕਹਿ ਸਕਦਾ ਸੀ। ਨਵਜੋਤ ਸਿੱਧੂ ਨੂੰ ਇੰਨਾ ਚਾਹ ਕਿਉਂ ਚੜ ਗਿਆ ਕਿ ਪਾਕਿਸਤਾਨ ਦੇ ਹਾਈ ਕਮਿਸ਼ਨ ਨੂੰ ਮਿਲਣ ਚਲਾ ਗਿਆ, ਉਹਨੂੰ ਮਿਲ ਕੇ ਤੇ ਉਥੋਂ ਜਾ ਕੇ ਫਟਾਫਟ ਵੀਜ਼ਾ ਵੀ ਲਵਾ ਲਿਆ 15 ਦਿਨਾਂ ਦਾ, ਤਿਆਰੀਆਂ ਵੀ ਵੱਟ ਲਈਆਂ। ਜੇ ਉਹਨੇ ਲਵਾ ਵੀ ਲਿਆ ਸੀ ਤੇ ਹੁਣ ਉਹਨੂੰ ਇਹ ਸਮਝਣਾ ਚਾਹੀਦਾ ਸੀ ਕਿ ਵਾਜਪਾਈ ਦੀ ਡੈਥ ਤੋਂ ਬਾਅਦ ਜਦੋਂ ਭਾਰਤ ਸਰਕਾਰ ਨੇ ਇਕ ਹਫ਼ਤੇ ਦਾ ਸੋਗ ਡਿਕਲੇਅਰ ਕਰਤਾ, ਕਿਸੇ ਵੀ ਕਿਸਮ ਦਾ ਕੋਈ ਸਰਕਾਰੀ ਗੈਰ ਸਰਕਾਰੀ ਫੰਕਸ਼ਨ ਇੱਥੇ ਨਹੀਂ ਕੀਤਾ ਜਾ ਰਿਹਾ ਸਰਕਾਰ ਦੇ ਬੰਦਿਆਂ ਵੱਲੋਂ, ਸਰਕਾਰੀ ਤੇ ਇੱਕ ਪਾਸੇ ਰਿਹਾ, ਜਿਹੜੇ ਲੋਕ ਸਰਕਾਰ ਨਾਲ ਕਿਸੇ ਵੀ ਰੂਪ ਵਿਚ ਸਬੰਧਤ ਹੈ ਉਹ ਆਪਣਾ ਪ੍ਰਾਈਵੇਟ ਫੰਕਸ਼ਨ ਵੀ ਨਹੀਂ ਕਰਨਗੇ। ਅਰਵਿੰਦ ਕੇਜਰੀਵਾਲ ਤਾਂ ਵਾਜਪਾਈ ਦੀ ਪਾਰਟੀ ਵਿਚੋਂ ਨਹੀਂ ਗਏ, ਉਹਦਾ ਜਨਮ ਦਿਨ ਸੀ ਅੱਜ, ਉਹਨੇ ਕਹਿਤਾ ਕਿ ਮੈਂ ਇਸ ਵਾਰੀ ਆਪਣਾ ਜਨਮ ਦਿਨ ਨਹੀਂ ਮਨਾਵਾਂਗਾ ਕਿਉਂਕਿ ਵਾਜਪਾਈ ਦੀ ਮੌਤ ਦੇ ਸ਼ੋਕ ਵਜੋਂ ਇਹ ਮਨਾਉਣਾ ਠੀਕ ਨਹੀਂ ਲੱਗਦਾ, ਤੇ ਉਹਨੇ ਆਪਣੀ ਪਾਰਟੀ ਨੂੰ ਕਹਿਤਾ। ਹੁਣ ਜਿਹੜਾ ਜਨਮ ਦਿਨ ਹੈ ਉਹ ਤਾਂ ਉਹਦਾ ਪ੍ਰਾਈਵੇਟ ਫੰਕਸ਼ਨ ਹੈ, ਸਰਕਾਰ ਦਾ ਨਹੀਂ ਗਾ, ਉਹ ਵੀ ਉਹਨੇ ਰੱਦ ਕਰਤਾ। ਤੇ ਫਿਰ ਏਦਾਂ ਦੇ ਮੌਕੇ ਦੇ ਉੱਤੇ ਨਵਜੋਤ ਸਿੱਧੂ ਨੂੰ ਚਾਹੀਦਾ ਸੀ ਕਿ ਇਮਰਾਨ ਖਾਨ ਨੂੰ ਕਹਿੰਦਾ ਕਿ ਜੋ ਹੋ ਗਿਆ ਸੋ ਹੋ ਗਿਆ, ਤੁਸੀਂ ਹੁਣ ਏਦਾਂ ਕਰੋ ਕਿ ਮੈਂ ਬਾਅਦ ਵਿਚ ਕਿਤੇ ਗੇੜਾ ਮਾਰ ਲੂ, ਇਸ ਮੌਕੇ ਆਉਣਾ ਮੇਰਾ ਠੀਕ ਨਹੀਂ। ਉਹਨੇ ਬਹੁਤ ਗਲਤ ਮੌਕਾ ਚੁਣਿਆ ਔਰ ਬਾਰਡਰ ਟੱਪ ਕੇ ਇੱਥੋਂ ਗਿਆ ਲਾਹੌਰ, ਲਾਹੌਰ ਤੋਂ ਅੱਗੇ ਜਹਾਜ਼ ਫੜ ਕੇ ਜਾਊਗਾ ਇਸਲਾਮਾਬਾਦ। ਇਹ ਸਾਰਾ ਕੁਝ ਜੋ ਉਹਨੇ ਕੀਤਾ, ਉਹਨੇ ਬਦੋ ਬਦੀ ਆਪਣੀ ਨੁਕਤਾਚੀਨੀ ਵਾਸਤੇ ਰਾਹ ਪੱਧਰਾ ਕਰ ਦਿੱਤਾ, ਉਹਨੂੰ ਬਚਾ ਕੌਣ ਸਕਦਾ, ਇਹ ਨੁਕਤਾਚੀਨੀ ਤਾਂ ਉਹਦੀ ਹੋਣੀ ਹੋਣੀ ਆ। ਅਜੇ ਜਦੋਂ ਵਾਪਸ ਆਇਆ ਇਹ ਹੋਰ ਵੀ ਜ਼ਿਆਦਾ ਤੇਜ਼ੀ ਨਾਲ ਹੋਵੇਗੀ। ਪੰਨੂ ਸਾਹਿਬ, ਹਿੰਦ ਮਨਾਵੇ ਰੋਜ਼ ਦੀਵਾਲੀ ਗੁਰਪੁਰਬ ਤੇ ਈਦ, ਇੰਨੀ ਖੁਸ਼ੀਆਂ ਦੇ ਗਏ ਸਾਨੂੰ ਭਾਰਤ ਦੇ ਸ਼ਹੀਦ। 72ਵਾਂ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ, ਮਨਾ ਲਿਆ, ਔਰ ਲਾਲ ਕਿਲਾ ਜਿਹੜਾ ਅੱਜ ਕੱਲ੍ਹ ਤਾਂ ਕਿਸੇ ਰਾਜਨੀਤਿਕ ਧਿਰ ਦੀ ਥਾਂ ਦੇ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਕਾਰਪੋਰੇਟ ਘਰਾਣੇ ਦੀ ਜ਼ੰਗੀਰ ਬਣਦਾ ਜਾ ਰਿਹਾ, ਉਥੋਂ ਹੁਣ ਪਲਾੜ ਤੇ ਪਹੁੰਚਣ ਦੀਆਂ ਗੱਲਾਂ ਪ੍ਰਧਾਨ ਮੰਤਰੀ ਮੋਦੀ ਹੋਰਾਂ ਨੇ ਕੀਤੀਆਂ। ਪ੍ਰਧਾਨ ਮੰਤਰੀ ਮੋਦੀ ਬਹੁਤ ਗੱਲਾਂ ਬਾਤਾਂ ਕਰਨ ਦਾ ਧਨੀ ਆ, ਆਕਾਸ਼ ਨੂੰ ਟੱਕ ਹੀ ਲਾਉਂਦਾ, ਅਮਲ ਵਿਚ ਕੁਛ ਨਹੀਂ। ਉਹ ਤਾਂ ਕਹਿੰਦਾ ਮੈਂ 4 ਕਰੋੜ ਲੋਕਾਂ ਨੂੰ ਨੌਕਰੀਆਂ ਦੇਤੀਆਂ, ਪਰ ਉਹ ਨੌਕਰੀਆਂ ਹਵਾ ਵਿਚ ਹੀ ਆ। ਪ੍ਰਾਵੀਡੈਂਟ ਫੰਡ ਫਿਰ ਉਹਨਾਂ ਮੁਲਾਜ਼ਮਾਂ ਦਾ ਕੱਟਿਆ ਜਾਣਾ ਚਾਹੀਦਾ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ। ਪ੍ਰਾਵੀਡੈਂਟ ਫੰਡ ਵਾਲਿਆਂ ਦੀ ਗਿਣਤੀ ਜਿਹੜੀ ਉਹ ਵਧੀ ਨਹੀਂ, ਬੇਰੁਜ਼ਗਾਰਾਂ ਦੇ ਜਿਹੜੇ ਦਫ਼ਤਰ ਆ ਉਹਨਾਂ ਵਿਚ ਬੇਰੁਜ਼ਗਾਰੀ ਦੇ ਅੰਕੜੇ ਘਟਣੇ ਚਾਹੀਦੇ ਆ, ਉਹ ਤਾਂ ਘਟੇ ਨਹੀਂ ਉਦਾਂ ਦੇ ਉਦਾਂ ਨੇ, ਤੇ ਨੌਕਰੀਆਂ ਨੇ ਕਿੱਥੇ ਦੇਤੀਆਂ। ਉਹਦਾ ਆਪਣਾ ਜਿਹੜਾ ਸਰਫੇਸ ਟਰਾਂਸਪੋਰਟ ਮਨਿਸਟਰ ਨਿਤਿਨ ਗਡਕਰੀ, ਉਹਨੇ ਜਾ ਕੇ ਮਹਾਰਾਸ਼ਟਰ ਚ ਕਹਿਤਾ ਕਿ ਮਰਾਠੇ ਤਾਂ ਰਿਜ਼ਰਵੇਸ਼ਨ ਮੰਗਦੇ ਆ, ਅਸੀਂ ਰਿਜ਼ਰਵੇਸ਼ਨ ਦੇ ਵੀ ਦਈਏ ਤੇ ਜਦੋਂ ਨੌਕਰੀਆਂ ਹੀ ਨਹੀਂ ਤੇ ਤੁਹਾਨੂੰ ਦਿਆਂਗੇ ਕਿੱਥੋਂ। ਇਹ ਵੀ ਕਹਿਤਾ ਕਿ ਪਿਛਲੇ 10 ਸਾਲਾਂ ਤੋਂ ਸਰਕਾਰ ਦੀਆਂ ਹਰ ਕਿਸਮ ਦੀਆਂ ਨੌਕਰੀਆਂ ਜਿਹੜੀਆਂ ਨੇ ਉਹ ਬੰਦ ਨੇ। ਜੇ ਕੇਂਦਰ ਸਰਕਾਰ ਦੀਆਂ ਨੌਕਰੀਆਂ ਬੰਦ ਆ, ਰਾਜ ਸਰਕਾਰਾਂ ਦੀਆਂ ਨੌਕਰੀਆਂ ਬੰਦ ਆ,
10 ਸਾਲ ਹੋ ਗਏ ਕੋਈ ਨੌਕਰੀਆਂ ਦੇ ਨਹੀਂ ਰਹੇ ਜੀ, ਤੇ ਨਰਿੰਦਰ ਮੋਦੀ ਨੇ ਜਿਹੜੀਆਂ 4 ਕਰੋੜ ਨੌਕਰੀਆਂ ਦੇਤੀਆਂ ਉਹ ਕਿੱਥੋਂ ਦੇਤੀਆਂ? ਕਿਸੇ ਨੂੰ ਪਤਾ ਹੀ ਨਹੀਂ, ਉਹ ਤੇ ਐਵੇਂ ਗੱਲਾਂ ਕਰੀ ਜਾਂਦਾ। ਉਹਦੀਆਂ ਗੱਲਾਂ ਨੂੰ ਅਸੀਂ ਹੁਣ ਸੀਰੀਅਸਲੀ ਬਹੁਤਾ ਨਹੀਂ ਲੈਂਦੇ। ਹਾਂ, ਉਹਨੂੰ ਤਕਰੀਰ ਕਰਨੀ ਆਉਂਦੀ ਹੈ ਤੇ ਜਦੋਂ ਤਕਰੀਰ ਕਰਦਾ ਤੇ ਤਕਰੀਰ ਦਾ ਇੰਨਾ ਧਨੀ ਹੈ ਕਿ ਸਾਰੇ ਲੋਕ ਸਾਹਮਣੇ ਬੈਠੇ ਜਿਹੜੇ ਉਹ ਕੀਲੇ ਜਾਂਦੇ ਆ, ਤਾੜੀਆਂ ਵੱਜੀ ਜਾਂਦੀਆਂ ਨੇ। ਅਮਲ ਵਿਚ ਤੇ ਕੁਛ ਵੀ ਨਹੀਂ, ਜਿਹੜੀਆਂ ਗੱਲਾਂ ਉਹਨੇ ਆਖੀਆਂ ਸੀ ਉਹਨਾਂ ਚੋਂ ਕੋਈ ਵਾਅਦਾ ਪੂਰਾ ਤਾਂ ਕੀਤਾ ਹੋਵੇ? ਕੋਈ ਵਾਅਦਾ ਪੂਰਾ ਕੀਤਾ ਗਿਆ ਜਾਪਦਾ ਹੀ ਨਹੀਂ। ਹੁਣ ਅਸੀਂ ਮੁੜ ਮੁੜ ਦੁਹਰਾਈ ਜਾਈਏ ਕਿ ਇਹ ਕਹਿੰਦਾ ਸੀ 3-3 ਲੱਖ ਰੁਪਏ ਖਾਤਿਆਂ ਚ ਪਾ ਦੂ, ਪਾਏ ਨਹੀਂ। ਉਹ ਤਾਂ ਬਹੁਤ ਪੁਰਾਣੀ ਗੱਲ ਹੋ ਗਈ, ਇਹਨੇ ਆਪ ਹੀ ਕਹਿਤਾ ਕਿ ਉਹ ਤੋਂ ਇੱਕ ਚੁਣਾਵ ਜੁਮਲਾ ਥਾ। ਪਰ ਇਹਨੇ ਆਖਿਆ ਸੀ ਮੈਂ ਨੇਤਾ ਜੀ ਸੁਭਾਸ਼ ਚੰਦਰ ਬੋਸ ਬਾਰੇ ਸੱਚ ਸਾਹਮਣੇ ਲਿਆਊਂਗਾ। ਅੱਜ ਤੱਕ ਉਹ ਸੱਚ ਦੀ ਫਾਈਲ ਹੀ ਨਹੀਂ ਖੁੱਲੀ। ਇਹਨੇ ਕਿਹਾ ਸੀ ਕਿ ਭਾਰਤ ਚੀਨ ਜਿਹੜੀ ਜੰਗ ਹੋਈ ਸੀ 1962 ਦੀ, ਤੇ ਉਹਦੇ ਵਿਚ ਭਾਰਤ ਦੀ ਹਾਰ ਹੋਈ ਸੀ, ਉਹਦੇ ਬਾਰੇ ਜਿਹੜੀ ਰਿਪੋਰਟ ਬਣੀ ਸੀ ਉਹ ਰਿਪੋਰਟ ਮੈਂ ਲੋਕਾਂ ਸਾਹਮਣੇ ਰੱਖਾਂਗਾ। ਫੌਜ ਨੇ ਕਹਿਤਾ ਜੀ ਰਿਪੋਰਟ ਤਾਂ ਸਾਡੀ ਪ੍ਰਾਪਰਟੀ ਹੈ, ਤੁਸੀਂ ਨਹੀਂ ਰੱਖ ਸਕਦੇ, ਸਰਕਾਰ ਇਸ ਤਰ੍ਹਾਂ ਦਾ ਫੈਸਲਾ ਨਹੀਂ ਲੈ ਸਕਦੀ। ਉਹ ਅੱਜ ਤੱਕ ਨਹੀਂ ਹੋਇਆ। ਇਹਨੇ ਕਿਹਾ ਸੀ ਕਿ ਜਿਹੜੇ ਮੈਨੂੰ ਬੜਾ ਸ਼ਰਮ ਆਉਂਦੀ ਹੈ ਇਸ ਗੱਲ ਦੇ ਉੱਤੇ ਕਿ ਦੇਸ਼ ਦੀ ਪਾਰਲੀਮੈਂਟ ਦੇ ਵਿਚ 30 ਮੈਂਬਰ ਜਿਹੜੇ ਉਨ੍ਹਾਂ ਦੇ ਉੱਤੇ ਅਪਰਾਧਕ ਕੇਸ ਚੱਲਦੇ ਆ। ਮੈਂ 1 ਸਾਲ ਦੇ ਅੰਦਰ ਅੰਦਰ ਇਹੋ ਜਿਹੀਆਂ ਵਿਸ਼ੇਸ਼ ਅਦਾਲਤਾਂ ਚ ਕੇਸਾਂ ਦਾ ਫੈਸਲਾ ਕਰਾਵਾਂਗਾ ਕਿ ਜਿਹੜੇ ਸਿਆਸੀ ਲੀਡਰ ਪਾਰਲੀਮੈਂਟ ਮੈਂਬਰ ਦੋਸ਼ੀ ਹੈ ਉਹ ਜੇਲ੍ਹ ਚ ਜਾਣਗੇ, ਜਿਹੜੇ ਬੇਦੋਸ਼ੀ ਕੇਸਾਂ ਚ ਫਸੇ ਆ ਉਹ ਬਰੀ ਹੋ ਗਏ ਤੇ ਉਨ੍ਹਾਂ ਤੋਂ ਇਹ ਦਾਗ ਲੱਥ ਜਾਵੇਗਾ, ਮੈਂ ਪਾਰਲੀਮੈਂਟ ਨੂੰ ਪਾਕ ਸਾਫ਼ ਕਰ ਦਿਆਂਗਾ। 4.5 ਸਾਲ ਹੋ ਗਏ ਆ ਜਿਹੜੀ ਵਿਸ਼ੇਸ਼ ਅਦਾਲਤ ਕਹਿੰਦਾ ਸੀ 1 ਸਾਲ ਚ ਅਸੀਂ ਆ ਕੰਮ ਕਰ ਦੇਣਾ, 4.5 ਸਾਲਾਂ ਦੇ ਵਿਚ ਤਾਂ ਉਹ ਵਿਸ਼ੇਸ਼ ਅਦਾਲਤ ਬਣੀ ਨੀ ਤੇ ਕੰਮ ਇਹਨੇ ਕਦੋਂ ਕਰ ਦੇਣਾ? ਅਜੇ ਤੱਕ ਉਹ ਕੰਮ ਇਹਨੀ ਪੂਰੀ ਨੀ ਹੋਈ ਨੇ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਿਰਫ ਗੱਲਾਂ ਹੀ ਰਹਿ ਗਈਆਂ ਤੇ ਉਹਨਾਂ ਵਿਚੋਂ ਨਿਕਲਿਆ ਕੋਈ ਨੀ। ਗੱਲਾਂ ਦਾ ਗੁਤਾਵਾ ਕਰਨ ਚ ਬਹੁਤ ਤੇਜ਼ ਆ ਤੇ ਹੁਣ ਵੀ ਨਹੀਂ ਕਰਦਾ। ਉਹ ਭਗਵੰਤ ਮਾਨ ਕਦੇ ਕਦੇ ਮਜ਼ਾਕ ਕਰਦਾ ਹੁੰਦਾ ਸੀਗਾ ਜਦੋਂ ਇਹ ਕਮੇਡੀਅਨ ਹੁੰਦਾ ਸੀ। ਇੱਕ ਵਾਰੀ ਉਹਨੇ ਕਿਹਾ ਸੀ ਕਿ ਲਾਲ ਕਿਲੇ ਤੇ ਹੁਣ ਤੱਕ ਜਿੰਨੇ ਭਾਸ਼ਣ ਹੋਏ ਆ ਉਹ ਤਾਂ ਲਾਲ ਕਿਲੇ ਦੇ ਕਾਵਾਂ ਨੂੰ ਵੀ ਯਾਦ ਹੋ ਗਏ ਹੋਣੇ, ਤੇ ਆ 4 ਸਾਲਾਂ ਚ ਜਿੰਨੇ ਭਾਸ਼ਣ ਮੋਦੀ ਸਾਹਿਬ ਨੇ ਦਿੱਤੇ ਆ 19-21 ਦੇ ਫਰਕ ਨਾਲ ਉਹੀ ਭਾਸ਼ਣ ਮੁੜ ਮੁੜ ਦੇ ਕੇ ਉਹਨਾਂ ਚੋਂ ਨਿਕਲਿਆ ਕੀ ਆ? ਉਹ ਤੇ ਕੁਛ ਵੀ ਨਹੀਂ ਦਿੱਤਾ। ਉਹ ਹੁਣ ਵੀ ਉਹਨਾਂ ਨੇ ਮਨਾਤਾ, ਠੀਕ ਹੈ ਇੱਕ ਦਿਨ ਹੋਰ ਮਨਾ ਲਿਆ, ਪਰ ਇਹਦਾ ਫਾਇਦਾ ਥੱਲੇ ਆਮ ਲੋਕਾਂ ਨੂੰ ਕੋਈ ਨਹੀਂ ਹੋ ਰਿਹਾ। ਰਾਜ ਸਰਕਾਰਾਂ ਨੇ ਵੀ ਬਹੁਤਾ ਕਰਕੇ ਉਸੇ ਕਿਸਮ ਦਾ ਰਸਮੀਪੁਣਾ ਕੀਤਾ। ਸਾਡੇ ਪੰਜਾਬ ਵਾਲੇ ਨੇ ਥੋੜਾ ਫਰਕ ਪਾ ਦਿੱਤਾ ਕਿ ਇਹਨੇ ਇੱਕ ਤਾਂ ਲੁਧਿਆਣੇ ਸ਼ਹਿਰ ਦੇ ਵਿਚ ਝੰਡਾ ਚਲਾਉਣ ਲੱਗਿਆ, ਇੱਥੇ ਗ੍ਰਾਂਟਾਂ ਦੇ ਮੋਟੇ ਗੱਫੇ ਬਹੁਤ ਤਗੜੇ ਦੇ ਦਿੱਤੇ। ਦੂਜਾ ਇਹਨੇ ਆਖਿਆ ਕਿ ਦੇਸ਼ ਭਗਤ ਜਿਹੜੇ ਜਿਹੜੇ ਆ, ਕਿਉਂਕਿ ਲਾਲਾ ਲਾਜਪਤ ਰਾਏ ਦਾ ਸ਼ਹਿਰ ਹੈ ਜਗਰਾਓ, ਮੈਂ ਉਹਦੇ ਵਿਕਾਸ ਵਾਸਤੇ 100 ਕਰੋੜ ਦਊਂਗਾ। ਸ਼ਹਿਰ ਸ਼ਹੀਦ ਕਰਨੈਲ ਸਿੰਘ ਈਸਰੂ ਦਾ ਸ਼ਹਿਰ ਹੈ ਖੰਨਾ, ਮੈਂ ਉਹਦੇ ਵਾਸਤੇ 100 ਦਊਂਗਾ। ਇੱਦਾਂ ਗਿਣ ਗਿਣ ਕੇ ਸਾਰਿਆਂ ਦੇ ਬਾਰੇ ਉਹਨੇ ਆਖਿਆ ਕਿ ਜਿਹੜੇ ਸ਼ਹੀਦਾਂ ਦੇ ਸ਼ਹਿਰ ਆ ਉਹਨਾਂ ਸਾਰਿਆਂ ਵਾਸਤੇ ਮੈਂ ਇੰਨਾ ਕੁਛ ਦੇਵਾਂਗਾ। ਇੱਕ ਨਾਲ ਇਹਨੇ ਇਹ ਗੱਲ ਕਹਿਤੀ ਕਿ ਮੈਂ ਕੇਂਦਰ ਸਰਕਾਰ ਨਾਲ ਗੱਲ ਕਰਕੇ ਆਇਆ, ਅੱਗੇ ਆਦਮਪੁਰ ਤੋਂ ਸਾਡਾ ਡੋਮੈਸਟਿਕ ਏਅਰਪੋਰਟ ਚੱਲ ਪਿਆ, ਹੁਣ ਮੈਂ ਗੱਲ ਕਰਕੇ ਆਇਆ ਕਿ ਜਿਹੜਾ ਰਾਏਕੋਟ ਦੇ ਲਾਗੇ ਹਲਵਾਰਾ ਏਅਰਫੋਰਸ ਦਾ ਸਟੇਸ਼ਨ ਆ ਉੱਥੇ ਇੱਕ ਸਿਵਲ ਇਨਕਲੇਵ ਬਣਾਇਆ ਜਾਵੇ ਤਾਂ ਕਿ ਸਿਵਲੀਅਨ ਲੋਕਾਂ ਨੂੰ ਵੀ ਇਹਦਾ ਫਾਇਦਾ ਹੋ ਸਕੇ। ਜੇ ਏਦਾਂ ਦਾ ਕੁਛ ਕੰਮ ਇਹ ਕਰਵਾ ਦੇਣ ਤੇ ਬਹੁਤ ਵਧੀਆ ਗੱਲ ਆ, ਨਹੀਂ ਤੇ ਬਾਕੀ ਤਾਂ ਸਿਰਫ ਝੰਡੇ ਸਲਾਮੀਆਂ ਪਰੇਡਾਂ ਇਹੋ ਹੀ ਰਹਿ ਜਾਂਦੀਆਂ, ਇਹਦੇ ਤੋਂ ਵੱਧ ਬਹੁਤਾ ਕੁਝ ਲੋਕਾਂ ਦੇ ਪੱਲੇ ਨਹੀਂ ਪੈਂਦਾ ਜੀ। ਪੰਨੂ ਸਾਹਿਬ, ਸ਼ਰੀਅਤ ਅਦਾਲਤ ਹੈ ਜਿਵੇਂ ਮੁਸਲਿਮ ਭਾਈਚਾਰੇ ਦੀ, ਉਹ ਵਿਦੇਸ਼ਾਂ ਦੇ ਵਿਚ ਵੀ ਜਿਵੇਂ ਅਸੀਂ ਗੱਲ ਕਰੀਏ ਅਰਬ ਕੰਟਰੀਜ ਦੇ ਵਿਚ ਉੱਥੇ ਵੀ ਸ਼ਰੀਆ ਅਦਾਲਤ ਹੈ, ਉਹਦੇ ਆਪਣੇ ਫੈਸਲੇ ਨੇ, ਭਾਰਤ ਦੇ ਵਿਚ ਵੀ ਇਹ ਚੱਲਦੀ ਹੈ। ਹੁਣ ਹਿੰਦੂ ਮਹਾਂਸਭਾ ਨੇ ਵੀ ਇਸੇ ਤਰਜ਼ ਦੇ ਉੱਤੇ ਇੱਕ ਅਦਾਲਤ ਬਣਾਤੀ ਹੈ, ਕਹਿੰਦੇ ਉਹਦਾ ਚੀਫ ਜਸਟਿਸ ਵੀ ਬਣਾ ਕੇ ਨਵਾਜ ਦਿੱਤਾ ਮੈਡਮ ਪੂਜਾ ਹੋਰਾਂ ਨੂੰ। ਦੇਖੋ, ਜਿਹੜੀਆਂ ਸ਼ਰੀਅਤ ਅਦਾਲਤਾਂ ਨੇ ਉਹ ਇੱਕ ਕਿਸਮ ਦਾ ਪੈਰਲਲ ਜੁਡੀਸ਼ਲ ਸਿਸਟਮ ਹੈ ਕਿ ਅਦਾਲਤਾਂ ਵਿਚ ਕੇਸ ਨਹੀਂ ਜਾਣ ਦੇਣੇ, ਤੁਸੀਂ ਸਾਡੇ ਕੋਲ ਕੇਸ ਲਿਆਓ ਤੇ ਇੱਥੇ ਨਜਿੱਠਾਂਗੇ। ਹਰਿਆਣੇ ਚ ਬਣੀਆਂ ਅੱਡੋ ਅੱਡ ਜਾਤਾਂ ਦੀਆਂ ਜਿਹੜੀਆਂ ਖਾਪ ਪੰਚਾਇਤਾਂ ਨੇ, ਖਾਪ ਵੀ ਤੇ ਇਹੋ ਕੁਛ ਹੀ ਆ। ਇਹਦੇ ਉੱਤੇ ਕੋਈ ਅਦਾਲਤ ਉਨਾ ਚਿਰ ਇਤਰਾਜ਼ ਨਹੀਂ ਕਰ ਸਕਦੀ ਜਦ ਤੱਕ ਦੋਵੇਂ ਤਰ੍ਹਾਂ ਸਹਿਮਤ ਹੈ। ਜੇ ਮੁੰਡੇ ਕੁੜੀ ਦਾ ਝਗੜਾ ਤੇ ਮੁੰਡਾ ਵੀ ਕਹਿੰਦਾ ਸਾਡੀ ਸ਼ਰੀਅਤ ਦੀ ਅਦਾਲਤ ਫੈਸਲਾ ਕਰ ਦੇਵੇ ਤੇ ਕੁੜੀ ਵੀ ਕਹਿੰਦੀ ਹੈ ਤੇ ਦੂਜੀਆਂ ਅਦਾਲਤਾਂ ਤੇ ਦਖਲ ਕਿੱਦਾਂ ਦੇ ਸਕਦੀਆਂ? ਮੀਆਂ ਬੀਵੀ ਰਾਜੀ ਤੇ ਕੀ ਕਰੇਗਾ ਕਾਜੀ, ਉੱਥੇ ਮਾਮਲਾ ਨਿਬੜਦਾ ਰਹੇ। ਜੇ ਮੁੰਡਾ ਕੁੜੀ ਦੋਵੇਂ ਕਹਿੰਦੇ ਆ ਕਿ ਪਿੰਡ ਦੀ ਖਾਪ ਪੰਚਾਇਤ ਸਾਡਾ ਫੈਸਲਾ ਕਰ ਦੇਵੇ ਤੇ ਦੂਜੀ ਅਦਾਲਤ ਕੋਈ ਦਖਲ ਹੀ ਨਹੀਂ ਦੇ ਸਕਦੀ, ਦਖਲ ਤੇ ਤਾਂ ਦੇਵੇਗੀ ਜੇ ਕੋਈ ਤਰ੍ਹਾਂ ਇਤਰਾਜ਼ ਕਰੇ।
ਇਸੇ ਤਰ੍ਹਾਂ ਹੀ ਸ਼ਰੀਅਤ ਦੇ ਮਾਮਲੇ ਚ ਵੀ ਜਦ ਤੱਕ ਕੋਈ ਦਖਲ ਨਹੀਂ ਦਿੰਦਾ, ਜਾ ਕੇ ਕੋਈ ਇੱਕ ਕਿਸਮ ਦੀ ਅਰਜ਼ੀ ਕਿਸੇ ਅਦਾਲਤ ਵਿਚ ਨਹੀਂ ਦਿੰਦਾ, ਉਨਾ ਚਿਰ ਤੱਕ ਦੂਸਰੀਆਂ ਕਾਨੂੰਨੀ ਅਦਾਲਤਾਂ ਦਾ ਉਹਦੇ ਉੱਤੇ ਦਖਲ ਵੀ ਨਹੀਂ ਬਣਦਾ। ਇਹ ਇੱਕ ਪੱਖ ਹੈ। ਦੂਸਰਾ ਪੱਖ ਇਹ ਹੈ ਕਿ ਸ਼ਰੀਅਤ ਦੀਆਂ ਅਦਾਲਤਾਂ ਦਾ ਜਿੰਨੇ ਕੱਟੜ ਹਿੰਦੂਤਵੀ ਸੰਗਠਨ ਹੈ ਸਾਰੇ ਵਿਰੋਧ ਕਰਦੇ ਆ। ਮੈਂ ਸਮਝਦਾ ਕਿ ਇੱਕ ਹੱਦ ਤੱਕ ਇਨ੍ਹਾਂ ਦਾ ਵਿਰੋਧ ਜਾਇਜ਼ ਹੈ। ਇੱਦਾਂ ਵੱਖ ਵੱਖ ਧਰਮਾਂ ਦੇ ਨਾਂ ਤੇ ਜੇ ਅਦਾਲਤਾਂ ਬਣਨਗੀਆਂ ਤੇ ਦੇਸ਼ ਵਿਚ ਵੰਡੀਆਂ ਪੈਂਦੀਆਂ। ਉਸ ਭਾਈਚਾਰੇ ਦੇ ਲੋਕ ਭਾਵੇਂ ਚਾਹੁੰਦੇ ਵੀ ਹੋਣ ਕਿ ਅਸੀਂ ਉਨ੍ਹਾਂ ਅਦਾਲਤਾਂ ਚ ਫੈਸਲੇ ਕਰਨੇ ਆ, ਪਰ ਅਸਲ ਵਿਚ ਤਾਂ ਜੁਡੀਸ਼ੀਅਲ ਸਿਸਟਮ ਦੇ ਪੈਰਲਲ ਸਿਸਟਮ ਹੀ ਚਲਾਉਣ ਵਾਲੀ ਗੱਲ ਹੈ ਜਿਹੜੀ ਨਹੀਂ ਹੋਣੀ ਚਾਹੀਦੀ। ਹੁਣ ਕੁਝ ਕੱਟੜ ਹਿੰਦੂ ਜਥੇਬੰਦੀਆਂ ਉਨ੍ਹਾਂ ਨੇ ਰਲ ਕੇ ਇੱਕ ਹਿੰਦੂ ਮਹਾਸਭਾ ਚੱਲਦੀ ਹੈ, ਉਹਦੇ ਵੱਲੋਂ ਇਹ ਫੈਸਲਾ ਕਰ ਲਿਆ ਕਿ ਅਸੀਂ ਇੱਕ ਹਿੰਦੂ ਅਦਾਲਤ ਵੀ ਬਣਾਵਾਂਗੇ। ਹਿੰਦੂ ਅਦਾਲਤ ਬਣਾ ਕੇ ਉਹਦਾ ਹੈੱਡਕੁਆਰਟਰ ਮੇਰਠ ਵਿਚ ਬਣਾ ਦਿੱਤਾ ਗਿਆ। ਹਿੰਦੂ ਮਹਾਸਭਾ ਦੀ ਲੀਡਰ ਹੈ ਮੈਡਮ ਪੂਜਾ, ਉਹਨੂੰ ਉਹਦੀ ਚੀਫ ਜਸਟਿਸ ਬਣਾ ਦਿੱਤਾ ਗਿਆ। ਕਹਿੰਦੇ ਜੀ ਸ਼ੁਰੂਆਤ ਦੇ ਤੌਰ ਤੇ ਅਸੀਂ 8 ਜ਼ਿਲ੍ਹਿਆਂ ਚ ਹਿੰਦੂ ਅਦਾਲਤਾਂ ਬਣਾਵਾਂਗੇ, ਫਿਰ ਅਸੀਂ ਉੱਤਰ ਪ੍ਰਦੇਸ਼ ਸਾਰੇ ਚ ਬਣਾਵਾਂਗੇ, ਤੇ ਇਹਦੇ ਤੋਂ ਬਾਅਦ ਅੱਗੇ ਚਲਦੇ ਚਲਦੇ ਅਸੀਂ ਫਿਰ ਸਾਰੇ ਦੇਸ਼ ਦੇ ਵਿਚ ਹਿੰਦੂ ਅਦਾਲਤਾਂ ਜਿਹੜੀਆਂ ਨੇ ਉਹ ਸਥਾਪਿਤ ਕਰਨੀਆਂ ਨੇ। ਇਹਦੇ ਦੌਰਾਨ ਹੀ ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸਦਿਆਂ ਕਿ ਇੱਥੇ ਪੰਜਾਬ ਦੇ ਵਿਚ ਕੁਝ ਹਿੰਦੂ ਸੰਗਠਨਾਂ ਨੇ ਰਲ ਕੇ ਇੱਥੇ ਪਟਿਆਲੇ ਤੋਂ ਇੱਕ ਹਿੰਦੂ ਤਖ਼ਤ ਬਣਾਇਆ। ਹਿੰਦੂ ਧਰਮ ਵਿਚ ਤਖ਼ਤ ਵਰਗੀ ਕੋਈ ਚੀਜ਼ ਹੁੰਦੀ ਹੀ ਨਹੀਂ, ਕਿਉਂਕਿ ਸਿੱਖਾਂ ਦੇ ਵਿਚ 5 ਤਖ਼ਤ ਹੈ ਤੇ 5 ਤਖ਼ਤਾਂ ਦਾ ਫੈਸਲਾ ਕਰਨ, ਉਹ ਫੈਸਲਾ ਠੀਕ ਹੋਵੇ ਗਲਤ ਹੋਵੇ, ਮੈਂ ਠੋਕ ਕੇ ਕਹਿੰਦਾ ਕਿ ਕਈ ਫੈਸਲੇ ਉਨ੍ਹਾਂ ਦੇ ਸਿਰੇ ਦੇ ਗਲਤ ਹੁੰਦੇ ਆ, ਕੁਝ ਫੈਸਲੇ ਉਨ੍ਹਾਂ ਨੂੰ ਕਰਕੇ ਵਾਪਸ ਵੀ ਲੈਣੇ ਪਏ, ਪਰ ਠੀਕ ਹੋਵੇ ਜਾਂ ਗਲਤ ਹੋਵੇ ਸਿੱਖ ਉਹ ਫੈਸਲੇ ਦਾ ਸਤਿਕਾਰ ਕਰਦੇ ਆ। ਤੇ ਇਨ੍ਹਾਂ ਨੇ ਇੱਕ ਕਿਸਮ ਦਾ ਚੁਣੌਤੀ ਦੇਣ ਜਾਂ ਬਰਾਬਰੀ ਕਰਨ ਵਾਸਤੇ ਇੱਕ ਹਿੰਦੂ ਤਖ਼ਤ ਬਣਾ ਦਿੱਤਾ, ਅੱਗੇ ਉਧਰ ਹਿੰਦੂ ਤਖ਼ਤ ਬਣਾਇਆ ਸੀ, ਹੁਣ ਸ਼ਰੀਅਤ ਅਦਾਲਤਾਂ ਦੇ ਮੁਕਾਬਲੇ ਤੇ ਹਿੰਦੂ ਅਦਾਲਤਾਂ ਬਣਾਉਣ ਵਾਲੇ ਪਾਸੇ ਨੂੰ ਤੁਰ ਪਿਆ। ਹਿੰਦੂ ਰਾਜਨੀਤੀ ਦੇ ਵਿਚ ਕੁਝ ਕੱਟੜ ਪੰਥੀ ਗਰੁੱਪ ਇਹੋ ਜਿਹੇ ਪੈਦਾ ਹੋਏ ਆ ਜਿਨ੍ਹਾਂ ਨੇ ਗੋਬਿੰਦ ਪਾਂਸਰੇ ਉਥੇ ਮਹਾਰਾਸ਼ਟਰ ਚ ਜਾਂ ਗੌਰੀ ਲੰਕੇਸ਼ ਜਾਂ ਮਿਸਟਰ ਕੁਲਬੁਰਗੀ ਜਿਹੜਾ ਵਾਈਸ ਚਾਂਸਲਰ ਸੀ ਉਨ੍ਹਾਂ ਦੇ ਕਤਲ ਕੀਤੇ ਆ। ਉਹ ਜਿਹੜੇ ਸੰਗਠਨ ਨੇ, ਉਹ ਜਿਹੜੇ ਟੋਲੇ ਨੇ, ਉਹ ਸਾਰੇ ਦੇ ਸਾਰੇ ਕੱਟੜਪੰਥੀ ਪੁਣਾ ਉਭਾਰਨਾ ਚਾਹੁੰਦੇ ਆ। ਉਹਨੂੰ ਉਭਾਰਨ ਵਾਸਤੇ ਇੱਕ ਜਾਂ ਦੂਸਰਾ ਤਰੀਕਾ, ਕਦੇ ਹਿੰਦੂ ਅਦਾਲਤ ਕਦੇ ਹਿੰਦੂ ਤਖ਼ਤ, ਇਹ ਸਭ ਕੁਝ ਕਰਦੇ ਆ। ਇਹਦੇ ਉੱਤੇ ਕਿਤੇ ਨਾ ਕਿਤੇ ਰੋਕ ਲਾਉਣੀ ਚਾਹੀਦੀ ਆ। ਰੋਕ ਜ਼ਰੂਰੀ ਨਹੀਂ ਕਿ ਫਟਾਫਟ ਪੁਲਿਸ ਵੱਲੋਂ ਪਰਚੇ ਦਰਜ ਕਰਕੇ ਲਾਈ ਜਾਵੇ, ਉਹ ਤਾਂ ਇੱਕ ਹਦਾਇਤ ਦੇ ਤੌਰ ਤੇ ਇੱਕ ਚੇਤਾਵਨੀ ਦੇ ਤੌਰ ਤੇ ਵੀ ਸਰਕਾਰ ਵੱਲੋਂ ਆ ਸਕਦੀ ਆ, ਨਾ ਹੋਵੇ ਤੇ ਅਦਾਲਤੀ ਪ੍ਰਕਿਰਿਆ ਰਾਹੀਂ ਵੀ ਰੋਕਣੇ ਚਾਹੀਦੇ ਆ। ਨਹੀਂ ਤੇ ਇਸ ਦੇਸ਼ ਚ ਵੰਡੀਆਂ ਪੈ ਜਾਣਗੀਆਂ, ਪਹਿਲਾਂ ਮੁਸਲਮਾਨਾਂ ਦੀ ਸ਼ਰੀਅਤ ਅਦਾਲਤ, ਉਹਨਾਂ ਦੇ ਹਿੰਦੂਆਂ ਦੀ ਹਿੰਦੂ ਅਦਾਲਤ, ਫਿਰ ਇਹਦੇ ਬਾਅਦ ਪਿੰਡ ਪਿੰਡ ਸਿੱਖ ਅਦਾਲਤਾਂ ਵੀ ਸ਼ੁਰੂ ਹੋ ਜਾਣਗੀਆਂ ਤੇ ਕ੍ਰਿਸ਼ਨਾਂ ਦੀਆਂ ਵੀ, ਸਾਰੇ ਆਪੋ ਆਪਣੇ ਧਰਮ ਦੀਆਂ ਅਦਾਲਤਾਂ ਸਥਾਪਿਤ ਕਰ ਲੈਣਗੇ। ਆ ਇੱਕ ਤਹਿਸੀਲ ਦੇ ਵਿਚ ਜੁਡੀਸ਼ੀਅਲ ਕੋਰਟ ਤੋਂ ਲੈ ਕੇ ਦੇਸ਼ ਦੀ ਸੁਪਰੀਮ ਕੋਰਟ ਤੱਕ ਜਿਹੜਾ ਸਾਡਾ ਜੁਡੀਸ਼ੀਅਲ ਢਾਂਚਾ, ਉਹ ਤਾਂ ਫਿਰ ਫਾਲਤੂ ਬਣ ਕੇ ਰਹਿ ਜਾਏਗਾ। ਇਹ ਮੌਕਾ ਨਹੀਂ ਆਉਣ ਦੇਣਾ ਚਾਹੀਦਾ। ਜੀ ਬਿਲਕੁਲ ਜੀ, ਫਿਰ ਤਾਂ ਸਰਸੇ ਵਾਲਾ ਵੀ ਆਖੋ ਅਦਾਲਤ ਸਾਡੀ ਵੀ ਹੋਣੀ ਚਾਹੀਦੀ ਹੈ। ਹਾਂਜੀ ਤਪਨ ਸਾਹਿਬ, ਜਸਟਿਸ ਰਣਜੀਤ ਕਮਿਸ਼ਨ ਦੀ ਰਿਪੋਰਟ ਜਿਹੜੀ ਮੁਕੰਮਲ ਹੋ ਗਈ ਹੈ, ਲਗਭਗ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਹੱਥਾਂ ਚ ਪਹੁੰਚ ਗਈ ਹੈ, ਉਧਰ ਵਾਇਰਲ ਹੋਣ ਦੀਆਂ ਗੱਲਾਂ ਵੀ ਹੈ ਕਿ ਇਹ ਲੀਕ ਹੋ ਗਈ, ਤੇ ਵੱਡੀ ਨਮੋਸ਼ੀ ਦਾ ਸਬੱਬ ਬਣ ਸਕਦੀ ਹੈ ਜੀ ਬਾਦਲ ਪਰਿਵਾਰ ਦੇ ਵਾਸਤੇ? ਦੇਖੋ, ਰਿਪੋਰਟ ਲੀਕ ਨਹੀਂ ਸੀ ਹੋਣੀ ਚਾਹੀਦੀ, ਲੀਕ ਕਿੱਥੋਂ ਹੋਈ ਹੈ ਅਜੇ ਪਤਾ ਨਹੀਂ। ਕੱਲ ਮੀਟਿੰਗ ਹੋਈ ਸੀ ਮੰਤਰੀ ਮੰਡਲ ਦੀ, ਉੱਥੇ 3 ਮੰਤਰੀਆਂ ਨੇ ਇਸ ਗੱਲ ਤੇ ਬਹੁਤ ਰੌਲਾ ਪਾਇਆ ਕਿ ਰਿਪੋਰਟ ਲੀਕ ਕਿਉਂ ਕੀਤੀ ਗਈ ਹੈ। ਰਿਪੋਰਟ ਜਾਣੀ ਹੈ ਵਿਧਾਨ ਸਭਾ ਚ, ਜਦੋਂ ਰਿਪੋਰਟ ਪਹਿਲੇ ਦਿਨ ਦੇ ਕੁਝ ਹਿੱਸੇ ਬਾਹਰ ਆਏ ਆ ਤੇ ਬਾਦਲ ਪਰਿਵਾਰ ਦੇ ਦੰਦ ਜੁੜ ਗਏ, ਇਨ੍ਹਾਂ ਚ ਕੋਈ ਬੋਲ ਨਹੀਂ ਸਕਿਆ ਵੀ ਇਹ ਕੀ ਹੋ ਗਿਆ। ਫਿਰ ਹੌਲੀ ਹੌਲੀ ਹਿੱਸੇ ਵਧਣੇ ਸ਼ੁਰੂ ਹੋ ਗਏ। ਇਹ ਤਾਂ ਗੱਲ ਸਾਫ਼ ਹੈ ਕਿ ਉਸ ਕਮਿਸ਼ਨ ਦੀ ਰਿਪੋਰਟ ਸਿੱਧੇ ਤੌਰ ਤੇ ਦੋਵਾਂ ਬਾਦਲ ਪਿਓ ਪੁੱਤ ਨੂੰ ਵੀ ਬੁਲਾਵੇ ਚ ਲੈਂਦੀ ਹੈ। ਇੱਕ ਦੌਰ ਪੰਜਾਬ ਚ ਚੱਲਿਆ ਸੀ 80 ਤੋਂ ਲੈ ਕੇ 92 ਤੱਕ, ਜਦੋਂ ਬਹੁਤ ਗੋਲੀ ਚੱਲੀ, ਖੂਨ ਖਰਾਬਾ ਹੋਇਆ, ਉਹਦੇ ਦੌਰਾਨ ਕੁਝ ਪੁਲਿਸ ਵਾਲਿਆਂ ਦੇ ਉੱਤੇ ਕੇਸ ਬਣੇ, ਅਦਾਲਤਾਂ ਨੇ CBI ਨੂੰ ਸੌਂਪੇ। ਉਨ੍ਹਾਂ ਕੇਸਾਂ ਦੇ ਵਿਚ ਬਾਹਰਲੇ ਲੋਕਾਂ ਵੱਲੋਂ ਵੀ ਤੇ CBI ਵੱਲੋਂ ਵੀ ਫੜੇ ਗਏ, ਪੁਲਿਸ ਅਫਸਰਾਂ ਤੇ ਦਬਾਅ ਪੈਂਦਾ ਰਿਹਾ ਕਿ ਤੁਸੀਂ KPS ਗਿੱਲ ਦਾ ਨਾਂ ਲੈ ਦਿਓ ਤੇ ਤੁਹਾਨੂੰ ਛਡਾਉਣ ਦਾ ਪ੍ਰਬੰਧ ਕਰ ਦਿਆਂਗੇ। ਪਰ ਉਨ੍ਹਾਂ ਚੋਂ ਕਿਸੇ ਇੱਕ ਨੇ ਵੀ KPS ਗਿੱਲ ਦਾ ਨਾਂ ਨਹੀਂ ਸੀ ਲਿਆ। ਉਹ ਕਹਿੰਦੇ ਸੀ ਜੋ ਕੀਤਾ ਉਹ ਤੇ ਅਸੀਂ ਕੀਤਾ, ਤੇ ਗਿੱਲ ਨੂੰ ਅਸੀਂ ਕੀ ਕਹਿ ਦਈਏ,
ਆਪਣੀ ਥਾਂ ਤੇ ਉਹ ਡਟੇ ਰਹੇ ਸਨ। ਹੁਣ ਸਥਿਤੀ ਉਹਦੇ ਤੋਂ ਸੁਖਨੈਬ ਜੀ ਵੱਖਰੀ ਆ। ਇੱਥੇ ਇਹ ਹੋਇਆ ਕਿ ਥਾਣੇਦਾਰਾਂ ਤੇ ਪਰਚਾ ਦਰਜ ਹੋਇਆ ਤੇ ਥਾਣੇਦਾਰਾਂ ਦੇ ਇੰਸਪੈਕਟਰ ਨੇ ਕਹਿਤਾ ਜੀ ਮੇਰੇ ਤੇ ਕਦਾ ਕਰਦੇ ਜੇ। ਮੇਰਾ ਐਸ ਐਸ ਪੀ ਸੀ ਚਰਨਜੀਤ ਸ਼ਰਮਾ, ਉਹਨੇ ਕਰਾਇਆ ਜੋ ਕਰਾਇਆ ਉਹਨੂੰ ਜਾ ਕੇ ਫੜ ਲਓ ਪੁੱਛ ਲਓ। ਚਰਨਜੀਤ ਸ਼ਰਮੇ ਨੂੰ ਜਦੋਂ ਜਾਂਚ ਕਮਿਸ਼ਨ ਨੇ ਪੁੱਛਿਆ ਤੇ ਉਹਨੇ ਆਖਿਆ ਜੀ ਮੈਂ ਉੱਥੇ ਕੀ ਕਰਨ ਵਾਲਾ, ਮੇਰੇ ਸਿਰ ਤੇ ਡੀ ਆਈ ਜੀ ਬੈਠਾ, ਦੋ ਆਈ ਜੀ ਬੈਠੇ ਸੀ, ਇੱਕ ਏ ਡੀ ਜੀ ਪੀ ਬੈਠਾ, ਉਹਨਾਂ ਸਾਰਿਆਂ ਨੇ ਜੋ ਕੀਤਾ ਕਰਾਇਆ ਉਹਨਾਂ ਨੂੰ ਪੁੱਛੋ। ਉਹ ਜਦੋਂ ਉਹਨਾਂ ਤੱਕ ਗੱਲ ਗਈ ਤੇ ਉਹਨਾਂ ਨੇ ਅੱਗੋਂ ਕਹਿਤਾ ਜੀ ਸਾਨੂੰ ਸਾਡੇ ਡੀ ਜੀ ਪੀ ਨੇ ਕਿਹਾ। ਡੀ ਜੀ ਪੀ ਸਮੇਤ ਸਿੰਘ ਸੈਣੀ ਬਾਰੇ ਇਹ ਦੱਸਿਆ ਜਾਂਦਾ ਕਿ ਜਦੋਂ ਉੱਥੇ ਬਰਗਾੜੀ ਵਾਲਾ ਕਾਂਡ ਹੋਇਆ ਤੇ ਬਹਿਬਲ ਕਲਾਂ ਦਾ ਕਾਂਡ ਹੋਇਆ, ਉਹਦੇ ਤੋਂ ਬਾਅਦ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ। ਉਸ ਮੀਟਿੰਗ ਵਿਚ ਇਹਨੂੰ ਡੀ ਜੀ ਪੀ ਸਮੇਤ ਸਿੰਘ ਸੈਣੀ ਨੂੰ ਸੱਦਿਆ ਗਿਆ, ਇਹਦੀ ਝਾੜ ਝੰਬ ਕੀਤੀ ਗਈ, ਕੁਝ ਅਕਾਲੀ ਆਗੂ ਕੁਝ ਜਿਆਦਾ ਹੀ ਤਿੱਖਾ ਬੋਲੇ। ਫਿਰ ਬਾਦਲ ਨੇ ਕਦੇ ਆਖਿਆ ਕਾਕਾ ਜੀ ਇਸ ਤਰ੍ਹਾਂ ਦਾ ਫਿਰ ਕੰਮ ਨੀ ਚੱਲਣਾ, ਜਾਂ ਤਾਂ ਤੁਹਾਨੂੰ ਪਾਸੇ ਹਟਣਾ ਪਊ। ਤੇ ਇਹਨੇ ਆਖਿਆ ਜੀ ਤੁਸੀਂ ਵੱਡੇ ਆ, ਲਾਇਆ ਵੀ ਤੁਸੀਂ, ਜੇ ਤੁਸੀਂ ਹਟਾਉਣਾ ਚਾਹੁੰਦੇ ਆ ਮੈਂ ਹਟ ਜਾਣਾ, ਤੁਸੀਂ ਜਿਹਨੂੰ ਲਾਉਣਾ ਉਹਨੂੰ ਲਾ ਦਿਓ, ਮੈਂ ਉਹਦਾ ਅੱਜ ਛੱਡ ਦੇਣਾ ਹੁਣੇ ਛੱਡ ਦੇਣਾ। ਪਰ ਆ ਜਿਹੜੀਆਂ ਬਾਕੀ ਦੀਆਂ ਗੱਲਾਂ ਸਾਰੇ ਜਣੇ ਕਰਦੇ ਆ, ਇਹਨਾਂ ਨੂੰ ਇਹ ਦੱਸ ਦਿਓ ਕਿ ਮੈਂ ਪੁਲਿਸ ਦਾ ਮੁਖੀ ਰਿਹਾ ਤੇ ਮੈਨੂੰ ਵੀ ਬਹੁਤ ਕੁਝ ਪਤਾ। ਇਹ ਗੱਲ ਉਦੋਂ ਸਮਝ ਲੈਣੀ ਚਾਹੀਦੀ ਸੀ ਕੋਈ ਇੰਨੀ ਗੱਲ ਚ ਕਿੰਨਾ ਕੁਝ ਕਹਿ ਗਿਆ। ਜਦੋਂ ਉਦੋਂ ਨਹੀਂ ਸਮਝੀ ਗਈ, ਸਮੇਤ ਸਿੰਘ ਸੈਣੀ ਦੀ ਬੇਇੱਜ਼ਤੀ ਕੀਤੀ ਗਈ ਹੈ ਉਸ ਮੀਟਿੰਗ ਚ, ਅਕਾਲੀਆਂ ਦੀ ਪਾਰਟੀ ਮੀਟਿੰਗ ਦੇ ਵਿਚ ਡੀ ਜੀ ਪੀ ਨੂੰ ਸੱਦਣ ਦਾ ਕੀ ਕੰਮ ਸੀ, ਉਹਨੂੰ ਕਿਉਂ ਸੱਦਿਆ ਗਿਆ, ਇਹ ਗਲਤ ਕੀਤਾ ਗਿਆ। ਸਿਆਸੀ ਮੀਟਿੰਗ ਦੇ ਵਿਚ ਪੁੱਛਦਾ ਡੀ ਜੀ ਪੀ ਕਿਉਂ ਜਾਵੇ, ਉਹਨੂੰ ਸੱਦ ਕੇ ਇਹਨਾਂ ਨੇ ਗਲਤ ਕੀਤਾ ਸੀ। ਹੁਣ ਜਦੋਂ ਇੰਸਪੈਕਟਰ ਤੇ ਦਬਾਅ ਪਿਆ ਉਹਨੇ ਐਸ ਐਸ ਪੀ ਦਾ ਨਾਂ ਲਿਆਤਾ, ਐਸ ਐਸ ਪੀ ਦਾ ਦਬਾਅ ਪਿਆ ਉਹਨੇ ਡੀ ਆਈ ਜੀ ਆਈ ਜੀ ਤੇ ਡੀ ਜੀ ਪੀ ਦਾ ਨਾਂ ਲਿਆਤਾ, ਉਹਨਾਂ ਤੇ ਦਬਾਅ ਪਿਆ ਤੇ ਉਹਨਾਂ ਨੇ ਜਾਂਚ ਕਮਿਸ਼ਨ ਦੇ ਕੋਲ ਆਪਣੇ ਡੀ ਜੀ ਪੀ ਦਾ ਨਾਂ ਲਿਆਤਾ। ਡੀ ਜੀ ਪੀ ਸਮੇਤ ਸਿੰਘ ਸੈਣੀ ਨੇ ਪਹਿਲਾਂ ਤੇ ਆਖਿਆ ਵੀ ਮੈਂ ਨਹੀਂ ਪੇਸ਼ ਹੋਣਾ, ਫਿਰ ਜਦੋਂ ਰਿਟਾਇਰ ਹੋ ਗਿਆ ਤੇ ਉਹਨੇ ਵੇਖਿਆ ਕਿ ਮੇਰੇ ਉੱਤੇ ਪ੍ਰੈਸ਼ਰ ਪੈ ਰਿਹਾ, ਉਹਨੇ ਚਿੱਠੀ ਲਿਖਤੀ ਜੀ ਮੈਂ ਪੇਸ਼ ਹੋਣ ਨੂੰ ਤਿਆਰ ਹਾਂ। ਹੁਣ ਅਖਬਾਰਾਂ ਚ ਆਈਆਂ ਰਿਪੋਰਟਾਂ ਦੱਸਦੀਆਂ ਕਿ ਉਹਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਸਾਫ ਦੱਸਤਾ ਕਿ ਬਾਦਲ ਨੇ ਆਖਿਆ ਸੀ ਮੈਂ ਕਰ ਦਿੱਤਾ। ਬਾਦਲ ਨੇ ਇੰਨੇ ਵਜੇ ਫੋਨ ਕੀਤਾ, ਉਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹਦੀਆਂ ਉਹ ਰਿਲੇਟ ਕਰਦੀਆਂ ਨੇ, ਤੇ ਜੇ ਇਹ ਸਾਰਾ ਕੁਝ ਹੋਵੇ ਤੇ ਇਹਦੇ ਵਿਚ ਵੀ ਬਾਦਲ ਪਿਓ ਪੁੱਤ ਫਸਦੇ ਆ। ਇੱਕ ਗੱਲ ਹੋਰ ਆ ਜਿਹਦੇ ਵਿਚ ਉਹ ਫਸਦੇ ਆ, ਉਹ ਸੁਖਨੈਬ ਜੀ ਇਹ ਹੈ, ਮੈਂ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਿਹੜੀ ਆ ਉਹਦੇ ਰਿਪੋਰਟ ਦੇ ਕੁਝ ਹਿੱਸੇ ਪੜੇ ਆ। ਉਹਨਾਂ ਹਿੱਸਿਆਂ ਚ ਇੱਕ ਥਾਂ ਤੇ ਆਉਂਦਾ ਜਸਟਿਸ ਰਣਜੀਤ ਸਿੰਘ ਨੇ ਬਾਦਲ ਨੂੰ ਵੱਡੇ ਨੂੰ ਚਿੱਠੀ ਲਿਖੀ ਕਿ ਬਹਿਬਲ ਕਲਾਂ ਤੇ ਬਰਗਾੜੀ ਕਾਂਡ ਵੇਲੇ ਤੁਸੀਂ ਇੱਕ ਪਬਲਿਕ ਬਿਆਨ ਦਿੱਤਾ ਸੀ ਕਿ ਇਹ ਸਾਰੇ ਕੁਝ ਦੇ ਪਿੱਛੇ ਵਿਦੇਸ਼ੀ ਏਜੰਸੀਆਂ ਕੰਮ ਕਰ ਰਹੀਆਂ, ਇਹ ਬਹੁਤ ਸੀਰੀਅਸ ਮਾਮਲਾ ਕਿ ਵਿਦੇਸ਼ੀ ਏਜੰਸੀਆਂ ਸਾਡੇ ਦੇਸ਼ ਦੇ ਵਿਚ ਸਾਜ਼ਿਸ਼ਾਂ ਕਰਨ। ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਕਿ ਤੁਹਾਡੇ ਕੋਲ ਇਹ ਸੂਚਨਾ ਕਿੱਥੋਂ ਆਈ ਸੀ ਕਿ ਵਿਦੇਸ਼ੀ ਏਜੰਸੀਆਂ ਨੇ, ਤੇ ਉਹ ਕਿਹੜੀਆਂ ਕਿਹੜੀਆਂ ਵਿਦੇਸ਼ੀ ਏਜੰਸੀਆਂ ਸੀ ਜਿਹੜੀਆਂ ਪੰਜਾਬ ਦੇ ਵਿਚ ਇਹੋ ਜਿਹੀਆਂ ਸਾਜ਼ਿਸ਼ਾਂ ਕਰਕੇ ਕੰਮ ਕਰਵਾ ਰਹੀਆਂ ਸੀ। ਇਸ ਕਰਕੇ ਤੁਸੀਂ ਪੇਸ਼ ਹੋਵੋ, ਜੇ ਪੇਸ਼ ਨਹੀਂ ਹੋਣਾ ਤੇ ਕਿਸੇ ਤਰੀਕੇ ਮੇਰੇ ਤੱਕ ਸੂਚਨਾ ਪਹੁੰਚਾਓ ਕਿ ਉਹ ਵਿਦੇਸ਼ੀ ਏਜੰਸੀਆਂ ਕਿਹੜੀਆਂ ਸਨ ਤੇ ਤੁਹਾਡੇ ਕੋਲ ਉਹਨਾਂ ਬਾਰੇ ਕੀ ਇਨਫੋਰਮੇਸ਼ਨ ਸੀ। ਬਾਦਲ ਪੇਸ਼ ਨਹੀਂ ਹੋਇਆ। ਜਸਟਿਸ ਰਣਜੀਤ ਸਿੰਘ ਕਹਿੰਦੇ ਆ ਕਿ ਮੈਂ ਫਿਰ ਸੁਖਬੀਰ ਨੂੰ ਚਿੱਠੀ ਲਿਖੀ ਕਿ ਤੁਸੀਂ ਉਦੋਂ ਡਿਪਟੀ ਮੁੱਖ ਮੰਤਰੀ ਹੋਣ ਦੇ ਨਾਲ ਨਾਲ ਹੋਮ ਮਿਨਿਸਟਰ ਵੀ ਸੀ, ਪੁਲਿਸ ਦਾ ਮਹਿਕਮਾ ਤੁਹਾਡੇ ਕੋਲ ਹੁੰਦਾ ਸੀ, ਤੇ ਜੇ ਪੁਲਿਸ ਦਾ ਮਹਿਕਮਾ ਤੁਹਾਡੇ ਕੋਲ ਸੀ ਜੀ ਤੇ ਬੜੀ ਸਾਫ ਗੱਲ ਹੈ, ਫਿਰ ਤੁਹਾਨੂੰ ਇਹ ਵੀ ਪਤਾ ਹੋਊ ਪੁਲਿਸ ਦੇ ਵਿਚ ਇੰਟੈਲੀਜੈਂਸ ਡਿਪਾਰਟਮੈਂਟ ਹੁੰਦਾ ਉਹ ਵੀ ਤੁਹਾਡੇ ਅੰਡਰ ਸੀ, ਫਿਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਉਦੋਂ ਕੋਈ ਵਿਦੇਸ਼ੀ ਏਜੰਸੀ ਇੱਥੋਂ ਦੇ ਇਹ ਸਾਰੇ ਕੁਝ ਦੇ ਸਰਗਰਮ ਸੀਗੀ ਕਿ ਨਹੀਂ, ਤੇ ਜੇ ਸੀਗੀ ਤੇ ਉਹ ਕਿਹੜੀ ਵਿਦੇਸ਼ੀ ਏਜੰਸੀ ਸੀ ਤੇ ਉਹਨੇ ਕੀ ਕੀਤਾ। ਤੁਹਾਡੇ ਪਿਤਾ ਜੀ ਨੇ ਆਹ ਬਿਆਨ ਦਿੱਤਾ ਜਿਸ ਸੰਬੰਧ ਤੁਸੀਂ ਆ ਕੇ ਪੇਸ਼ ਹੋ, ਪਰ ਸੁਖਬੀਰ ਸਿੰਘ ਬਾਦਲ ਵੀ ਨਹੀਂ ਆਇਆ। ਹੁਣ ਆਹ ਜਿਹੜਾ ਉਹਨੇ ਇਸ਼ੂ ਖੜਾ ਕਰ ਦਿੱਤਾ ਕਿ ਵਿਦੇਸ਼ੀ ਏਜੰਸੀਆਂ ਬਾਰੇ ਜਾਂ ਤਾਂ ਦੱਸੋ ਕਿਹੜੀਆਂ ਸੀ ਤੇ ਤੁਹਾਡੇ ਕੋਲ ਉਹਨਾਂ ਬਾਰੇ ਕੀ ਇਨਫੋਰਮੇਸ਼ਨ ਸੀ, ਤਾਂ ਕਿ ਅਸੀਂ ਭਾਰਤ ਸਰਕਾਰ ਨੂੰ ਦੱਸ ਸਕੀਏ ਕਿ ਇਹਨਾਂ ਏਜੰਸੀਆਂ ਤੋਂ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ, ਜਾਂ ਤੁਸੀਂ ਇਹ ਮੰਨੋ ਕਿ ਤੁਸੀਂ ਸਿਆਸੀ ਪੱਖ ਤੋਂ ਬਿਆਨ ਦਿੱਤਾ ਸੀ। ਇਹਦੇ ਨਾਲ ਵੀ ਇਹਨਾਂ ਦੀ ਪੋਜੀਸ਼ਨ ਬਹੁਤ ਜ਼ਿਆਦਾ ਖਰਾਬ ਹੁੰਦੀ ਹੈ। ਇਹਦੇ ਵਿਚ ਹੀ ਉਹਨੇ ਅਕਾਲ ਤਖ਼ਤ ਤੋਂ ਜਿਹੜਾ ਉਦੋਂ ਸੱਚੇ ਸੌਦੇ ਵਾਲੇ ਬਾਬੇ ਨੂੰ ਮੁਆਫੀ ਦਿੱਤੀ ਗਈ ਤੇ ਮੁਆਫੀ ਦੇਣ ਤੋਂ ਬਾਅਦ ਮੁਆਫੀ ਰੱਦ ਕੀਤੀ ਗਈ, ਉਹ ਦੋਵੇਂ ਕੰਮ ਜਿਹੜੇ ਕੀਤੇ ਗਏ ਸੀ। ਉਸ ਮੁੱਦੇ ਨੂੰ ਲੈ ਕੇ ਵੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕਾਫੀ ਟਿੱਪਣੀਆਂ ਕੀਤੀਆਂ। ਇਹ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਜਦੋਂ ਇਹ ਵਿਧਾਨ ਸਭਾ ਚ ਖੁੱਲਣਗੀਆਂ, ਆਮ ਆਦਮੀ ਪਾਰਟੀ ਵਾਲਿਆਂ ਦਾ ਆਪੋ ਚ ਰੋਲ ਘਚੋਲਾ ਰੌਲਾ ਜੋ ਮਰਜ਼ੀ ਪਿਆ ਫਿਰਦਾ ਹੋਵੇ, ਜਦੋਂ ਬਾਦਲਾਂ ਦਾ ਮੁੱਦਾ ਆ ਗਿਆ ਤੇ ਫਿਰ ਤਾਂ ਆਮ ਆਦਮੀ ਪਾਰਟੀ ਨੇ ਵੀ ਇਹਨਾਂ ਦੇ ਗਲ ਪੈ ਜਾਣਾ।
ਫਿਰ ਤਾਂ ਲੁਧਿਆਣੇ ਵਾਲੇ ਬਹਿਸ ਭਰਾ ਵੀ ਸੁਖਬੀਰ ਨੂੰ ਤੇ ਸੁਖਬੀਰ ਦੇ ਬਾਪੂ ਨੂੰ ਪੈਣਗੇ ਤੇ ਕਾਂਗਰਸ ਪਾਰਟੀ ਪਹਿਲਾਂ ਹੀ ਪੈਣ ਨੂੰ ਤਿਆਰ ਹੈ। ਕੇਸ ਉਥੇ ਦਰਜ ਹੋ ਚੁੱਕਾ ਕੋਟਕਪੂਰੇ ਚ, ਉਹਦੇ ਨਾਲ ਇਸ ਵੇਲੇ ਬਾਦਲਾਂ ਦੀ ਪੋਜੀਸ਼ਨ ਬੜੀ ਪਤਲੀ ਹੋਈ ਪਈ ਹੈ। ਜਦੋਂ ਇਹ ਸਾਰਾ ਕੁਝ ਪਬਲਿਕ ਦੇ ਵਿਚ ਜਾ ਕੇ ਦੱਸਿਆ ਗਿਆ ਕਿ ਸੱਚੇ ਸੌਦੇ ਵਾਲੇ ਬਾਬੇ ਨਾਲ ਕੀ ਸੌਦਾ ਮਾਰਿਆ ਸੀ ਤੇ ਕਿਸ ਤਰ੍ਹਾਂ ਹੁਕਮਨਾਮਾ ਜਾਰੀ ਕਰਾਇਆ ਗਿਆ, ਇਹ ਰਿਪੋਰਟ ਬਾਹਰ ਆਉਣ ਤੋਂ ਬਾਅਦ ਸਿੱਖਾਂ ਵਿਚ ਪ੍ਰਭਾਵ ਬਾਦਲ ਪਿਓ ਪੁੱਤ ਦਾ ਹੋਰ ਖਰਾਬ ਹੋ ਸਕਦਾ। ਜੀ ਵਿੱਚ ਜੇ ਪੰਨੂ ਸਾਹਿਬ, ਤੁਸੀਂ ਆਮ ਆਦਮੀ ਪਾਰਟੀ ਦਾ ਜ਼ਿਕਰ ਕੀਤਾ ਸੀ ਤੇ ਵੈਸੇ ਪੰਜਾਬੀਆਂ ਦੇ ਵਿਚ ਹੁਣ ਆਮ ਆਦਮੀ ਪਾਰਟੀ ਦਾ ਜ਼ਿਕਰ ਬਹੁਤ ਹੋ ਰਿਹਾ, ਇਕ ਪਾਸੇ ਸੁਖਪਾਲ ਸਿੰਘ ਖਹਿਰਾ, ਦੂਸਰੇ ਪਾਸੇ ਭਗਵੰਤ ਮਾਨ, ਪਰ ਜੇ ਦੇਖਿਆ ਜਾਵੇ ਕਿ ਜਿੱਥੋਂ ਇਹ ਜਿਹੜੇ ਕੇਂਦਰ ਤੋਂ ਚੱਲਦੀ ਹੈ ਦਿੱਲੀ ਦੇ ਵਿਚ ਬੈਠ ਕੇ ਚਲਾਈ ਜਾਂਦੀ, ਉਥੋਂ ਲੈ ਕੇ ਪੰਜਾਬ ਤੱਕ ਸਮੱਸਿਆਵਾਂ ਨੇ। ਆਸ਼ੂਤੋਸ਼ ਹੋਰੇ ਅਸਤੀਫ਼ਾ ਦੇ ਗਏ ਨੇ, ਇਹ ਕਹਿੰਦੇ ਜੀ ਇਸ ਜਨਮ ਚ ਤਾਂ ਮਨਜੂਰ ਨਹੀਂ ਕਰਾਂਗੇ, ਅਰਵਿੰਦ ਕੇਜਰੀਵਾਲ ਕਹਿੰਦੇ ਆ। ਪਰ ਜਦੋਂ ਬੀਬੀਸੀ ਦੀ ਮੈਂ ਇਕ ਸਟੋਰੀ ਦੇਖਦਾ, ਉਹ ਕਹਿੰਦੇ ਕਿ ਵਾਰ ਵਾਰ ਅਸਤੀਫੇ ਆ ਕਿਉਂ ਰਹੇ ਆ, ਇਹ ਰੋਲ ਕਚੋਲਾ ਕੀ ਹੈ ਆਮ ਆਦਮੀ ਪਾਰਟੀ ਦੇ ਵਿਚ ਜਿਹੜਾ ਹਾਲੇ ਤੱਕ ਉਵੇਂ ਹੀ ਚੱਲੀ ਜਾਂਦਾ? ਆਸ਼ੂਤੋਸ਼ ਇਕ ਟੀਵੀ ਚੈਨਲ ਦਾ ਬੜਾ ਸੀਨੀਅਰ ਐਡੀਟਰ ਹੁੰਦਾ ਸੀ, ਪੱਤਰਕਾਰ ਸੀ, ਇਥੋਂ ਛੱਡ ਕੇ ਆਮ ਆਦਮੀ ਪਾਰਟੀ ਚ ਗਿਆ, ਚੋਣ ਲੜੀ ਲੋਕ ਸਭਾ ਦੀ, ਥੋੜੀਆਂ ਵੋਟਾਂ ਤੇ ਹਾਰ ਗਿਆ, ਫਿਰ ਉਹਨੂੰ ਅਸੈਂਬਲੀ ਚੋਣ ਦੇ ਦਿੰਦੇ ਟਿਕਟ, ਉਹ ਇਹਨੇ ਲੜੀ ਨੀ। ਮੁੜ ਕੇ ਇਹਨੂੰ ਆਖਿਆ ਗਿਆ ਕਿ ਤੈਨੂੰ ਰਾਜ ਸਭਾ ਚ ਭੇਜਾਂਗੇ, ਪੂਰੀ ਤਿਆਰੀ ਸੀ ਜਦੋਂ ਭੇਜਣਾ ਸੀ ਇਹਨੂੰ ਪਿੱਛੇ ਕਰਕੇ, ਇਕ ਬਹੁਤ ਵੱਡੇ ਸੇਠ ਨੂੰ ਜਿਹੜਾ ਪੈਸੇ ਵਾਲਾ, ਉਹਨੂੰ ਅੱਗੇ ਕਰਕੇ ਰਾਜ ਸਭਾ ਚ ਭੇਜ ਦਿੱਤਾ ਗਿਆ। ਇਹਦੇ ਨਾਲ ਆਸ਼ੂਤੋਸ਼ ਦੇ ਵਿਚ ਨਿਰਾਸ਼ਾ ਵੀ ਹੈ ਕਿ ਇਹ ਪਾਰਟੀ ਜਿਹੜੇ ਸੇਠਾਂ ਤੋਂ ਖਹਿੜਾ ਛੁਡਾਉਣਾ ਚਾਹੁੰਦੀ ਸੀ ਉਹਨਾਂ ਸੇਠਾਂ ਨੂੰ ਅੱਗੇ ਕਰਨ ਲੱਗ ਪਈ ਹੈ, ਤੇ ਨਿਰਾਸ਼ਾ ਦੇ ਨਾਲ ਨਾਰਾਜ਼ਗੀ ਵੀ ਹੈ ਕਿ ਜੇ ਇਹੋ ਕਰਤੂਤ ਕਰਨੀ ਸੀ ਤੇ ਮੈਨੂੰ ਫਿਰ ਬੁਰਾ ਕਿਉਂ ਬਣਾਇਆ ਗਿਆ, ਮੈਨੂੰ ਕਿਉਂ ਕਹਿੰਦੇ ਰਹੇ ਤੈਨੂੰ ਘੱਲਣਾ। ਉਹਨੇ ਅਸਤੀਫਾ ਦੇ ਦਿੱਤਾ, ਅਰਵਿੰਦ ਕੇਜਰੀਵਾਲ ਕਹਿੰਦਾ ਜੀ ਉਹਦਾ ਅਸਤੀਫਾ ਇਸ ਜਨਮ ਵਿਚ ਤੇ ਅਸੀਂ ਮਨਜੂਰ ਨਹੀਂ ਕਰਾਂਗੇ, ਤੇ ਦੂਜੇ ਜਨਮ ਦੀ ਉਹਦੀ ਕੋਈ ਗਰੰਟੀ ਹੈ ਕਿ ਮੈਂ ਆਊਂਗਾ? ਇਸ ਤਰ੍ਹਾਂ ਦੂਜੀ ਚੋਣ ਦੀ ਗਰੰਟੀ ਨਹੀਂ ਹੁੰਦੀ, ਤੇ ਜੇ ਹੋਵੇ ਵੀ ਦੂਸਰਾ ਜਨਮ ਤੇ ਇਸ ਗੱਲ ਦੀ ਗਰੰਟੀ ਹੈ ਕਿ ਉਦੋਂ ਭਾਰਤ ਵਿਚ ਪੈਦਾ ਹੋਊਗਾ ਤੇ ਭਾਰਤ ਵਿਚ ਵੀ ਹੋਇਆ ਤੇ ਆਮ ਆਦਮੀ ਪਾਰਟੀ ਚ ਰਹੂ, ਇਸ ਗੱਲ ਦੀ ਕੋਈ ਗਰੰਟੀ ਹੈ ਕਿ ਆਰ ਐਸ ਐਸ ਵਾਲੇ ਕਿਸੇ ਲੀਡਰ ਦੇ ਘਰ ਨਹੀਂ ਜੰਮੂ ਹੋਊਗਾ? ਉਹ ਪਤਾ ਨੀ ਉਹਨੇ ਇਹ ਗੱਲ ਕਿੱਦਾਂ ਕਹਿਤੀ ਕਿ ਇਸ ਜਨਮ ਵਿਚ ਅਸੀਂ ਇਹ ਮਨਜੂਰ ਨਹੀਂ ਕਰਨਾ। ਸ਼ਬਦਾਵਲੀ ਤੇ ਕੁਝ ਕੰਟਰੋਲ ਚਾਹੀਦਾ। ਉਦਾਂ ਉਥੇ ਪਾਰਟੀ ਚ ਮਤਭੇਦਾਂ ਦੀਆਂ ਗੱਲਾਂ ਕਾਫੀ ਬਾਹਰ ਆਉਂਦੀਆਂ ਜਿਹੜੀਆਂ ਇਹਨਾਂ ਨੂੰ ਸੰਭਾਲਣੀਆਂ ਚਾਹੀਦੀਆਂ ਨੇ, ਤੇ ਇਹਨਾਂ ਦੀ ਪਾਰਟੀ ਦਾ ਲੋਕਾਂ ਵਿਚ ਇਮੇਜ ਖਰਾਬ ਹੋ ਰਿਹਾ। ਇਹਦੇ ਦਰਮਿਆਨ ਤੁਸੀਂ ਗੱਲ ਕੀਤੀ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ, ਇੱਥੇ ਪਾਰਟੀ ਵਿਚ ਸੁਖਪਾਲ ਸਿੰਘ ਖਹਿਰਾ ਦੇ ਵੱਖ ਹੋਣ ਤੋਂ ਬਾਅਦ ਕਈ ਗੱਲਾਂ ਸਾਹਮਣੇ ਆ ਰਹੀਆਂ। ਇੱਕ ਤਾਂ ਇਹ ਕਿ ਜਦੋਂ ਅਰਵਿੰਦ ਕੇਜਰੀਵਾਲ ਨੇ ਬਿਕਰਮ ਸਿੰਘ ਮਜੀਠੀਆ ਤੋਂ ਮੁਆਫੀ ਮੰਗੀ ਤੇ ਸੁਖਪਾਲ ਸਿੰਘ ਖਹਿਰਾ ਬਹੁਤ ਨਾਰਾਜ਼ ਸੀ, ਤੇ ਹੁਣ ਜਦੋਂ ਅਰਵਿੰਦ ਕੇਜਰੀਵਾਲ ਨਾਲ ਮਤਭੇਦ ਹੈ ਤੇ ਇਨ੍ਹਾਂ ਮਤਭੇਦਾਂ ਦੇ ਦੌਰਾਨ ਇੱਕ ਦਿਨ ਸੁਖਪਾਲ ਸਿੰਘ ਖਹਿਰੇ ਤੇ ਬਿਕਰਮ ਸਿੰਘ ਮਜੀਠੀਆ ਦੀ ਆਪੋ ਵਿਚ ਮੀਟਿੰਗ ਹੋਈ, ਇਹ ਉਹਦੇ ਤੋਂ ਪਾਸਾ ਵੱਟਦਾ ਰਿਹਾ ਕਿ ਨਹੀਂ ਹੋਈ ਨਹੀਂ ਕੁਛ ਨੀ ਗੱਲ ਨੀ, ਤੇ ਮਜੀਠੀਆ ਨੇ ਸਾਫ਼ ਹੀ ਕਹਿ ਦਿੱਤਾ ਕਿ ਹਾਂ ਅਸੀਂ ਮਿਲੇ ਸਾਂ। ਉਹਦੇ ਨਾਲ ਸੁਖਪਾਲ ਸਿੰਘ ਖਹਿਰੇ ਦੀ ਪੋਜੀਸ਼ਨ ਖਰਾਬ ਹੋਈ ਹੈ। ਦੂਸਰਾ ਇਹ ਕਿ ਸੁਖਪਾਲ ਸਿੰਘ ਖਹਿਰੇ ਦੇ ਲੱਗੇ ਸੀ ਪੋਸਟ ਕਰਨੈਲ ਸਿੰਘ ਈਸੜੂ ਦੇ ਪਿੰਡ ਈਸੜੂ ਚ, ਤੇ ਉਨ੍ਹਾਂ ਦੇ ਉੱਤੇ ਕਿਸੇ ਨੇ ਕਾਲਕ ਮਾਰ ਦਿੱਤੀ, ਇਹ ਗਲਤ ਕੀਤਾ ਗਿਆ। ਇਹਦੇ ਖਿਲਾਫ਼ ਜਿਹਨੇ ਵੀ ਕੀਤਾ ਉਹਦੀ ਨਿਖੇਧੀ ਹੋਣੀ ਚਾਹੀਦੀ ਹੈ, ਜੇ ਕਾਨੂੰਨੀ ਕਾਰਵਾਈ ਕੋਈ ਬਣਦੀ ਹੋਵੇ ਤੇ ਉਹ ਵੀ ਕਰੀ ਜਾਣ। ਤੀਸਰਾ, ਆਮ ਆਦਮੀ ਪਾਰਟੀ ਦਾ ਇੱਕ MLA ਕੁਲਵੰਤ ਸਿੰਘ ਪੰਡੋਰੀ, ਉਹਦੇ ਪਿਓ ਦੀ ਡੈਥ ਹੋ ਗਈ, ਭਗਵੰਤ ਮਾਨ ਉੱਥੇ ਸੰਸਕਾਰ ਤੇ ਪਹੁੰਚਿਆ, ਬਾਹਰ ਨਿਕਲਦਾ ਪਿਆ ਤੇ ਉਹਨੂੰ ਕੁਝ ਬੰਦਿਆਂ ਨੇ ਘੇਰ ਲਿਆ, ਆਮ ਆਦਮੀ ਪਾਰਟੀ ਦੇ ਪੁਰਾਣੇ ਮਟੀਰੀਅਲ ਵਲੰਟੀਅਰ ਨੇ ਸਾਡੀ ਗੱਲ ਸੁਣ, ਉਹ ਕਹਿੰਦਾ ਵੀ ਘਰ ਚ ਡੈਥ ਹੋਈ ਆ, ਉਸ ਘਰ ਚ ਆਪਾਂ ਖੜੇ ਆ ਤੇ ਆਪਾਂ ਸਿਆਸਤ ਦੀਆਂ ਗੱਲਾਂ ਕਰਦੇ ਨੀ ਚੰਗੇ ਲੱਗਦੇ, ਤੁਸੀਂ ਜਾਂ ਦਫ਼ਤਰ ਚ ਆ ਜਾਓ ਜਾਂ ਮੈਂ ਤੁਹਾਡੇ ਕੋਲ ਆ ਜਾਊਂਗਾ, ਉੱਥੇ ਨਹੀਂ। ਉਹ ਕਹਿੰਦੇ ਅਸੀਂ ਇੱਥੇ ਕਰਨੀ ਆ, ਇਹਨੇ ਆਖਿਆ ਮੈਂ ਇੱਥੇ ਨਹੀਂ ਕਰਨੀ। ਉਹਨਾਂ ਨੇ ਇਹ ਤੇ ਪਰੇ ਸੀ, ਪਿੱਛੋਂ ਦੀ ਦਰਵਾਜ਼ਾ ਖੋਲ ਕੇ ਤੇ ਇਹਦਾ ਜਿਹੜਾ ਗਨਮੈਨ ਸੀ ਅੱਗੇ, ਉਸ ਗਨਮੈਨ ਨੂੰ ਕੁਰਤੇ ਤੋਂ ਫੜ ਕੇ ਬਾਹਰ ਖਿੱਚਿਆ, ਉਹਦੇ ਕੁਰਤੇ ਦੇ ਦੋ ਬਟਨ ਟੁੱਟ ਗਏ, ਉੱਥੇ ਖੜਾ ਸੀ SHO। ਉਹ ਕਹਿੰਦਾ ਜੀ ਪਾਰਟੀ ਵਿਚ ਭਾਵੇਂ ਤੁਸੀਂ ਛਿੱਤਰੀ ਦਾਲ ਬਣਦੇ ਰਹੋ, ਸਾਨੂੰ ਕੋਈ ਫਰਕ ਨੀ, ਪਰ ਆਹ ਜਿਹੜੀ ਗਨਮੈਨ ਦੀ ਵਰਦੀ ਪਾੜੇ ਗਈ, ਇਹਦੇ ਬਟਨ ਤੋੜੇ ਗਏ, ਇਹ ਤਾਂ ਮੇਰੀ ਪੁਲਿਸ ਦਾ ਮੁਲਾਜ਼ਮ, ਇਹਦਾ ਕੇਸ ਤਾਂ ਮੈਂ ਦਰਜ ਕਰੂੰਗਾ ਹੀ ਕਰੂੰਗਾ। ਉੱਥੇ ਫਿਰ ਜਿਹੜੇ ਉਹ ਵਿਰੋਧ ਕਰਨ ਵਾਲੇ ਸੀ ਉਹਨਾਂ ਨੇ ਭਗਵੰਤ ਮਾਨ ਦੀ ਮੁਰਦਾਬਾਦ ਦੇ ਵੀ ਨਾਅਰੇ ਲਾਏ, ਤੇ ਜਿਹੜਾ ਕੁਲਵੰਤ ਸਿੰਘ ਪੰਡੋਰੀ MLA ਆ ਉਹਦੀ ਮੁਰਦਾਬਾਦ ਦੇ ਵੀ ਨਾਅਰੇ ਲਾਏ। ਇਹ ਹੁਣ ਕਿੱਡੀ ਮੇਰੇ ਹਿਸਾਬ ਨਾਲ ਤਾਂ ਬਦਤਮੀਜ਼ੀ ਆ ਕਿ ਜਿਹਦਾ ਪਿਓ ਮਰਿਆ ਉਹਦੇ ਦਰਵਾਜ਼ੇ ਅੱਗੇ ਖਲੋ ਕੇ ਤੇ ਉਹਦੀ ਮੁਰਦਾਬਾਦ ਦੇ ਨਾਅਰੇ ਲਾਓ। ਇਹ ਮੁਰਦਾਬਾਦ ਦੇ ਨਾਅਰੇ 10 ਦਿਨ ਪਹਿਲਾਂ ਵੀ ਲੱਗ ਸਕਦੇ ਸੀ, 10 ਦਿਨ ਬਾਅਦ ਵੀ ਲੱਗ ਸਕਦੇ ਆ। ਜਿਹਦਾ ਪਿਓ ਮਰਿਆ ਸੰਸਕਾਰ ਹੋਣ ਡਿਆ, ਸੰਸਕਾਰ ਦੇ ਮੌਕੇ ਉਹਦੇ ਘਰ ਅੱਗੇ ਜਾ ਕੇ ਮੁਰਦਾਬਾਦ ਦੇ ਨਾਅਰੇ ਲਾਓ, ਇਹਨੂੰ ਸੁਖਪਾਲ ਸਿੰਘ ਖਹਿਰਾ ਤੇ ਦੂਜੇ ਲੋਕ ਜਸਟੀਫਾਈ ਕਿੱਦਾਂ ਕਰਨਗੇ?
ਫਿਰ ਆਮ ਆਦਮੀ ਪਾਰਟੀ ਦੀ ਇੱਕ MLA ਹੈ ਬੀਬੀ, ਉਸ ਬੀਬੀ ਨੂੰ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਗੰਦ ਬਕਿਆ ਗਿਆ, ਤੇ ਫਿਰ ਉਹਦੀ ਫੋਟੋ ਦੇ ਉੱਤੇ ਜਿਹੜਾ ਹਾਰ ਪਾਇਆ ਗਿਆ, ਹੁਣ ਮੈਂ ਕੀ ਦੱਸਾਂ ਕਾਹਦਾ ਹਾਰ ਪਾਇਆ ਗਿਆ। ਇਹ ਜਿਹੜੀਆਂ ਹਰਕਤਾਂ ਨੇ ਜੀ, ਇਹ ਹਰਕਤਾਂ ਕਰਨ ਵਾਲੇ ਬੰਦੇ ਆਮ ਆਦਮੀ ਪਾਰਟੀ ਦੇ ਭਰੋਸੇਮੰਦ ਵਫ਼ਾਦਾਰ ਨਹੀਂ ਗੇ। ਇਹ ਬੰਦੇ ਉਹ ਆ ਜਿਨ੍ਹਾਂ ਬਾਰੇ ਪੰਜਾਬੀ ਚ ਕਹਿੰਦੇ ਹੁੰਦੇ, ਜਿੱਥੇ ਵੇਖੋ ਤਬਾਹ ਪਰਾਤ ਉੱਥੇ ਗੁਜ਼ਾਰਦੇ ਸਾਰੀ ਰਾਤ। ਇਹ ਬੰਦੇ ਉਹ ਆ ਜਿਨ੍ਹਾਂ ਨੂੰ ਤਵੇ ਪਰਾਤ ਤੇ ਫੁਲਕੇ ਲਾਉਣ ਵਾਲਿਆਂ ਚੋਂ ਕਿਸੇ ਨੇ ਚਾਰ ਪ੍ਰਸ਼ਾਦੇ ਜਾਂ ਪਰੌਂਠੇ ਪਕਾ ਕੇ ਦਿੱਤੇ ਆ, ਉਹ ਉਹਨਾਂ ਦਾ ਦਿੱਤਾ ਜਿਹੜਾ ਉਹਨੂੰ ਜਾਇਜ਼ ਸਾਬਤ ਕਰਨ ਲਈ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਪਏ ਆ। ਨਹੀਂ ਤਾਂ ਕੋਈ ਕਾਰਨ ਨਹੀਂ ਕਿ MLA ਦਾ ਪਿਓ ਮਰਿਆ ਤੇ ਉਹਦੇ ਦਰਵਾਜੇ ਅੱਗੇ ਜਾ ਕੇ ਉਹਦੀ ਮੁਰਦਾਬਾਦ ਦੇ ਨਾਰੇ ਲਾਓ, ਤੇ MLA ਬੀਬੀ ਦੇ ਗਲ ਚ ਇੱਕ ਹੋਰ ਤਰ੍ਹਾਂ ਦਾ ਹਾਰ ਪਾ ਕੇ ਤੇ ਉਹਦੀ ਫੋਟੋ ਦਾ ਜਲੂਸ ਕੱਢੋ ਤੇ ਸੋਸ਼ਲ ਮੀਡੀਆ ਤੇ ਗੰਦ ਪਕੋ, ਇਹ ਤਰੀਕਾ ਠੀਕ ਨਹੀਂ ਗਾ। ਜਿਹੜੇ ਪਾਸੇ ਉਹਨਾਂ ਦੀ ਗੱਲ ਜਾਂਦੀ ਪਈ ਹੈ, ਜੇ ਇਹਨਾਂ ਨੇ ਸੰਭਾਲੀ ਨਾ, ਵੈਸੇ ਭਗਵੰਤ ਮਾਨ ਦੀ ਸਟੇਟਮੈਂਟ ਮੈਂ ਅੱਜ ਵੀ ਪੜ੍ਹਦਾ ਪਿਆ ਸਾਂ, ਉਹਨੇ ਆਖਿਆ ਕਹਿੰਦਾ ਕਿ ਸੁਖਪਾਲ ਖਹਿਰੇ ਦਾ ਮੈਨੂੰ ਤਾਂ ਫਾਇਦਾ ਬਹੁਤ ਸੀ, ਅੱਧਾ ਭਾਰ ਉਹ ਬਣਾਈ ਜਾਂਦਾ, ਪੰਜਾਬ ਦੇ ਵਿੱਚ ਲੜਾਈ ਉਹ ਲੜ ਰਿਹਾ ਸੀ, ਪਾਰਲੀਮੈਂਟ ਚ ਮੈਂ ਲੜ ਰਿਹਾ ਸਾਂ। ਉਹਨੇ ਆਖਿਆ ਕਹਿੰਦਾ ਅਸੀਂ ਤੇ ਅਜੇ ਵੀ ਕਹਿੰਦੇ ਹਾਂ ਕਿ 13 MLA ਸਾਡੇ ਕੋਲ ਆ, 7 ਉਧਰ ਨੇ, ਤੇ ਜੇ ਉਹ ਮੁੜ ਕੇ ਆ ਜਾਣ ਤੇ ਅਸੀਂ 13 ਤੇ 7 20 ਹੋ ਜਾਈਏ, ਤੇ ਅਸੀਂ ਇੱਕ ਵੱਡੀ 13, ਜੇ ਉਹ ਮੁੜ ਕੇ ਆਉਣ ਤੇ ਅਸੀਂ ਸਾਰੀਆਂ ਗੱਲਾਂ ਛੱਡ ਕੇ ਉਹਨਾਂ ਨੂੰ ਫਿਰ ਨਾਲ ਲਵਾਂਗੇ, ਪਰ ਕੀ ਉਹ ਆਉਣਾ ਚਾਹੁੰਦੇ ਆ ਜਾਣ। ਹੁਣ ਜੇ ਉਹ ਇਸ ਤਰ੍ਹਾਂ ਦੀ ਗੱਲ ਕਹਿੰਦੇ ਆ ਤੇ ਸੁਖਪਾਲ ਖਹਿਰੇ ਤੇ ਦੂਜਿਆਂ ਨੂੰ ਇਹਦਾ ਹੁੰਗਾਰਾ ਭਰਨਾ ਚਾਹੀਦਾ, ਅਜੇ ਭਰਿਆ ਨਹੀਂ ਜਾ ਰਿਹਾ ਜੀ। ਪੰਨ ਸਾਹਿਬ, ਸੁਖਪਾਲ ਖਹਿਰੇ ਦੀ ਗੱਲ ਅਸੀਂ ਕਰ ਲਈ ਹੈ, ਤਰੀਕਿਆਂ ਦੀ ਵੀ ਗੱਲ ਕਰ ਰਹੇ ਹਾਂ, ਤੌਰ ਤਰੀਕੇ ਕਿਹੋ ਜਿਹੇ ਨੇ, ਸਾਰਿਆਂ ਦੇ ਹੁੰਦੇ ਆ, ਪਰ ਸਿਆਸਤਦਾਨਾਂ ਦੇ ਤਰੀਕੇ ਬੜੇ ਅਜੀਬੋ ਗਰੀਬ ਹੁੰਦੇ ਆ ਜੀ। ਆ ਬਾਬਾ ਬਕਾਲ ਵਾਲਾ ਜਿਹੜਾ ਕਾਂਗਰਸੀ MLA ਆ, ਇਹ ਕਹਿੰਦਾ ਡਾਂਗ ਦੇ ਜ਼ੋਰ ਤੇ ਸਰਪੰਚੀ ਜਿੱਤਣੀ ਹੈ, ਉਹਦਾ ਬਿਆਨ ਬਹੁਤ ਭੈੜਾ। ਮੈਂ ਉਹ ਸੋਸ਼ਲ ਮੀਡੀਆ ਦੇ ਉੱਤੇ ਜਿੰਨੀ ਕੁ ਉਹਦੀ ਵੀਡੀਓ ਆਈ ਉਹ ਮੈਂ ਪੂਰੀ ਨਹੀਂ ਵੇਖੀ, ਉਹਦੇ ਚੋਂ ਕੁਝ ਕਲਿਪਿੰਗ ਥੋੜੀ ਬਹੁਤ ਜਿਹੜੀ ਆ ਸੋਸ਼ਲ ਮੀਡੀਆ ਤੇ ਮੈਨੂੰ ਵੀ ਵੇਖਣ ਨੂੰ ਮਿਲੀ ਆ। ਇੱਕ ਪਿੰਡ ਦੇ ਵਿੱਚ ਜਨਤਕ ਤੌਰ ਤੇ ਲੋਕਾਂ ਚ ਇਹ ਕਹਿਣਾ ਕਿ ਪਿਛਲੀਆਂ ਚੋਣਾਂ ਚ ਅਕਾਲੀਆਂ ਨੇ ਸਾਡੇ ਨਾਲ ਜ਼ਿਆਦਤੀਆਂ ਬਹੁਤ ਕੀਤੀਆਂ ਸੀ, ਹੁਣ ਅਸੀਂ DSP ਵੀ ਆਪਣੀ ਮਰਜ਼ੀ ਦਾ ਲਵਾ ਲਿਆ, BDO ਵੀ, SDM ਵੀ, ਇਸ ਵਾਰੀ ਅਸੀਂ ਧੱਕੇ ਨਾਲ ਸਾਰੀਆਂ ਚੋਣਾਂ ਜਿਹੜੀਆਂ ਸਾਰਾ ਥਾਂ ਤੇ ਪੰਚਾਇਤ ਤੇ ਸਰਪੰਚ ਆਪਣੇ ਬਣਾਵਾਂਗੇ, ਮੈਂਬਰ ਪੰਚਾਇਤ ਵੀ ਆਪਣੇ ਬਣਾਵਾਂਗੇ। ਏਦਾਂ ਦੀਆਂ ਗੱਲਾਂ ਕਰਨ ਲੱਗਿਆ ਇਹਨਾਂ ਬੰਦਿਆਂ ਨੂੰ ਇਸ ਗੱਲ ਦੀ ਸਮਝ ਲੱਗਦੀ ਕਿ ਸੋਸ਼ਲ ਮੀਡੀਆ ਯੁੱਗ ਆ, ਹਰ ਇੱਕ ਦੇ ਹੱਥ ਚ ਮੋਬਾਈਲ ਫੋਨ ਆ, ਇਹ ਰਿਕਾਰਡਿੰਗ ਜਦੋਂ ਹੁੰਦੀ ਆ ਕੱਲ ਨੂੰ ਇਹ ਚੜ੍ਹਨੀ ਆ ਸੋਸ਼ਲ ਮੀਡੀਆ ਤੇ, ਤੁਹਾਡੇ ਪੱਲੇ ਕਿਰਿਆ ਜੋ ਹੁਣ ਇਸੇ ਬੇਸ ਦੇ ਉੱਤੇ ਉੱਤੇ ਪਰਚਾ ਦਰਜ ਹੋ ਸਕਦਾ ਜੇ ਕੋਈ ਕਰਾਉਣਾ ਚਾਹੇ। ਉਦਾਂ ਮੈਂ ਇੱਕ ਗੱਲ ਤੁਹਾਨੂੰ ਦੱਸਦਿਆਂ ਕਿ 2007 ਵਿਚ ਜਦੋਂ ਅਕਾਲੀ ਭਾਜਪਾ ਆਏ ਤੇ 2008 ਚ ਇਹਨਾਂ ਨੇ ਪੰਚਾਇਤ ਚੋਣਾਂ ਕਰਾਈਆਂ, ਕਾਂਗਰਸੀ ਇਹਨਾਂ ਨੇ ਕੁੱਟ ਕੇ ਬਾਹਰ ਕੱਢਤੇ। ਫਿਰ 2012 ਚ ਜਦੋਂ ਚੋਣਾਂ ਹੋਣ ਲੱਗੀਆਂ ਤੇ ਫਿਰ ਇਹਨਾਂ ਨੇ ਕਾਂਗਰਸੀ ਤੇ ਕੁੱਟ ਕੇ ਬਾਹਰ ਕੱਢਤੇ ਤੇ BJP ਵਾਲੇ ਸਾਹਮਣੇ ਆ ਗਏ ਕਿ ਅਕਾਲੀਆਂ ਦੀ ਅਪੋਜੀਸ਼ਨ ਅਸੀਂ ਕਰਾਂਗੇ, ਤੇ ਇਹਨਾਂ ਨੇ BJP ਵਾਲੇ ਵੀ ਕੁੱਟੇ ਤੇ ਬੜੇ ਰੀਝ ਨਾਲ ਕੁੱਟੇ ਸੀ। ਉਦੋਂ ਮੈਂ ਦੂਰਦਰਸ਼ਨ ਤੇ ਆਖਿਆ ਸੀ ਕਿ ਪੰਚਾਇਤਾਂ ਦੀਆਂ ਚੋਣਾਂ ਤੁਸੀਂ ਕਰਾਉਂਦੇ ਕਿਉਂ ਆ, ਤੁਸੀਂ ਸਿੱਧਾ ਫੈਸਲਾ ਕਿਉਂ ਨਹੀਂ ਕਰਦੇ ਕਿ ਇਹ ਚੋਣਾਂ ਨਹੀਂ ਹੋਣਗੀਆਂ। ਸੂਬੇ ਦੇ ਵਿਚ ਜਿਹਦੀ ਸਰਕਾਰ ਹੋਵੇ ਉਹ ਡਿਪਟੀ ਕਮਿਸ਼ਨਰ ਨੂੰ ਇੱਕ ਲਿਸਟ ਦੇ ਦਿਆ ਕਰੇ ਕਿ ਫਲਾਣੇ ਫਲਾਣੇ ਪਿੰਡਾਂ ਦੇ ਆ, ਸਰਪੰਚ ਤੇ ਆ, ਪੰਚ ਹੋਣਗੇ, ਤੂੰ ਨੋਟੀਫਿਕੇਸ਼ਨ ਜਾਰੀ ਕਰਦੇ ਤੇ ਕਰਵਾ ਦਿਆ ਕਰੋ। ਤੁਸੀਂ ਕਿਉਂ ਚੋਣਾਂ ਕਰਾਉਂਦੇ ਪਏ, ਇਹਦੀ ਕੋਈ ਲੋੜ ਨਹੀਂ ਰਹਿ ਜਾਂਦੀ ਜੇ ਤੁਸੀਂ ਚੋਣਾਂ ਨੂੰ ਡੈਮੋਕ੍ਰੇਟਿਕ ਢੰਗ ਨਾਲ ਹੋਣ ਨਹੀਂ ਦੇਣਾ। ਇਹ ਗੱਲ ਉਦੋਂ ਵੀ ਜਿਹੜੀ ਮੈਂ ਕਹੀ ਸੀ ਅੱਜ ਵੀ ਉਸੇ ਤੇ ਖੜਾ ਕਿ ਜਾਂ ਤੇ ਚੋਣਾਂ ਨੂੰ ਡੈਮੋਕ੍ਰੇਟਿਕ ਢੰਗ ਨਾਲ ਹੋਣ ਦੇਣਾ ਚਾਹੀਦਾ, ਤੇ ਜੇ ਡੈਮੋਕ੍ਰੇਟਿਕ ਢੰਗ ਨਾਲ ਹੋਣ ਨਹੀਂ ਦੇਣੀਆਂ ਤੇ ਫਿਰ ਇੱਕ ਪੱਕਾ ਫੈਸਲਾ ਵਿਧਾਨ ਸਭਾ ਚ ਮਤਾ ਪਾਸ ਕਰ ਦੇਣਾ ਚਾਹੀਦਾ ਕਿ ਅੱਗੇ ਤੋਂ ਪੰਚਾਇਤ ਚੋਣਾਂ ਨਹੀਂ ਹੋਣਗੀਆਂ, ਜਿਹੜੀ ਪਾਰਟੀ ਦੀ ਸਰਕਾਰ ਹੋਵੇ ਉਹ ਆਪਣੇ ਬੰਦਿਆਂ ਦੀ ਲਿਸਟ ਦੇ ਦਿਆ ਕਰੇਗੀ। ਇਹ ਤਰੀਕਾ ਜੇ ਅਕਾਲੀਆਂ ਨੇ ਉਦੋਂ ਕੀਤਾ ਸੀ ਤਾਂ ਵੀ ਗਲਤ ਸੀ, ਜੇ ਅੱਜ ਕਾਂਗਰਸ ਵਾਲੇ ਕਰਦੇ ਤਾਂ ਵੀ ਗਲਤ ਹੈ, ਤੇ ਜਿਹੜੇ MLA ਨੇ ਆਖਿਆ ਕਿ ਮੈਂ ਧੱਕੇ ਨਾਲ ਆਪਣੇ ਪੰਚ ਸਰਪੰਚ ਬਣਾਊਂਗਾ, ਉਹਨੇ ਤੇ ਸਿਖਰ ਦੀ ਗਲਤੀ ਕੀਤੀ, ਉਹਦੇ ਖਿਲਾਫ਼ ਤੇ ਕੇਸ ਵੀ ਦਰਜ ਹੋਣਾ ਚਾਹੀਦਾ ਜੀ। ਪਰ ਪੰਨੂ ਸਾਹਿਬ, ਨਵਾਜ਼ ਸ਼ਰੀਫ ਹੋਰਾਂ ਦੀ ਜੇ ਗੱਲ ਕਰ ਲਈਏ ਪਾਕਿਸਤਾਨ ਦੀ ਜਾਂਦੇ ਜਾਂਦੇ ਅਸੀਂ, ਤਾਂ ਪਾਕਿਸਤਾਨ ਦੇ ਵਿਚ ਨਵਾਜ਼ ਸ਼ਰੀਫ ਹੋਰਾਂ ਦੀ ਸ਼ਰਾਫਤ ਤਾਂ ਸਭ ਦੇ ਸਾਹਮਣੇ ਆ ਗਈ ਨੇ, ਅੰਕੜੇ ਵੀ ਸਾਹਮਣੇ ਆ ਗਏ ਨੇ, ਤੇ ਹੁਣ ਉਥੋਂ ਦਾ ਜਿਹੜਾ ਲਹਿੰਦਾ ਪੰਜਾਬ ਹੈ ਉਥੇ ਜਾ ਕੇ ਉਹ ਆਪਦੀ ਸਰਕਾਰ ਬਣਾਉਣ ਦਾ ਯਤਨ ਕਰ ਰਹੇ ਨੇ। ਕਹਿੰਦੇ ਨਵਾਜ਼ ਸ਼ਰੀਫ ਹੋਰਾਂ ਦਾ ਭਤੀਜਾ ਜਿਹੜਾ ਸ਼ਹਿਬਾਜ਼ ਸ਼ਰੀਫ ਦਾ ਮੁੰਡਾ, ਉਸ ਨੂੰ ਹੁਣ ਸਿਆਸਤ ਦੇ ਵਿਚ ਲਿਆਂਦਾ ਜਾ ਰਿਹਾ, ਉਮੀਦਵਾਰ ਦੇ ਵਜੋਂ ਲਿਆਂਦਾ ਜਾ ਰਿਹਾ ਮੁੱਖ ਮੰਤਰੀ ਦੇ ਅਹੁਦੇ ਦੇ ਵਾਸਤੇ, ਪਰ ਪਾਰਟੀ ਹੈ ਜਿਹੜੀ PML ਉਹ ਵਿਰੋਧ ਵੀ ਕਰੀ ਜਾਂਦੀ ਹੈ। ਦੇਖੋ ਸਾਡੇ ਪੰਜਾਬ ਵਿਚ ਵੀ ਤੇ ਸਾਰੇ ਲੀਡਰਾਂ ਨੇ ਹੌਲੀ ਹੌਲੀ
ਆਪਣੇ ਪੁੱਤਰਾਂ ਨੂੰ ਪ੍ਰਮੋਟ ਕਰਨ ਦਾ ਕੰਮ ਕੀਤਾ ਹੀ ਆ, ਜਿਹੜੇ ਪਰਿਵਾਰਵਾਦ ਦੇ ਖਿਲਾਫ਼ ਬੋਲਦੇ ਸੀ ਉਹਨਾਂ ਨੇ ਵੀ ਕੀਤਾ। ਉੱਥੇ ਨਵਾਜ਼ ਸ਼ਰੀਫ ਦੇ ਭਰਾ ਸ਼ਹਿਬਾਜ਼ ਸ਼ਰੀਫ ਦਾ ਮੁੰਡਾ ਹਮਜ਼ਾ, ਉਹਨੂੰ ਹਮਜ਼ਾ ਸ਼ਰੀਫ ਨੂੰ ਪਾਕਿਸਤਾਨੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਚੋਣ ਲੜਾਈ ਜਾ ਰਹੀ ਹੈ। ਮੁੱਖ ਮੰਤਰੀ ਇੱਕ ਤਾਂ ਇਮਰਾਨ ਖਾਨ ਦੀ ਪਾਰਟੀ ਨੇ ਪੇਸ਼ ਕਰਨਾ ਤੇ ਉਹਦੇ ਮੁਕਾਬਲੇ ਤੇ ਇਸ ਮੁੰਡੇ ਨੂੰ ਕਰਨਗੇ। ਉਹਦਾ ਕਾਰਨ ਕੀ ਹੈ ਕਿ ਕੌਮੀ ਅਸੈਂਬਲੀ ਦੇ ਵਿੱਚ ਸਭ ਤੋਂ ਵੱਡੀ ਵਿਰੋਧੀ ਧਿਰ ਦੀ ਪਾਰਟੀ ਹੈ ਨਵਾਜ਼ ਸ਼ਰੀਫ ਦੀ, ਤੇ ਨਵਾਜ਼ ਦਾ ਭਰਾ ਸ਼ਹਿਬਾਜ਼ ਸ਼ਰੀਫ ਉੱਥੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਇਮਰਾਨ ਖਾਨ ਦੇ ਮੁਕਾਬਲੇ ਖੜਾ ਹੋਵੇਗਾ। ਇਮਰਾਨ ਪ੍ਰਧਾਨ ਮੰਤਰੀ ਬਣੇਗਾ ਤੇ ਇਹ ਆਪਣੀਆਂ ਵੋਟਾਂ ਦੇ ਸਿਰ ਤੇ ਵਿਰੋਧੀ ਧਿਰ ਦਾ ਲੀਡਰ ਆਪੋਜੀਸ਼ਨ ਮੰਨਿਆ ਜਾਵੇਗਾ। ਉਹ ਫਾਰਮੂਲਾ ਉਹ ਪੰਜਾਬ ਵਿੱਚ ਕਰਨਾ ਚਾਹੁੰਦਾ ਕਿ ਇੱਥੇ ਮੁੰਡੇ ਨੂੰ ਖੜਾ ਕਰਕੇ ਮੁੱਖ ਮੰਤਰੀ ਦੀ ਚੋਣ ਲੜਾ ਕੇ ਵੋਟਾਂ ਦੇ ਆਪਣੇ ਕੋਲ ਘੱਟ ਹਾਰ ਜੂ ਮੁੰਡਾ, ਪਰ ਵਿਰੋਧੀ ਧਿਰ ਦੇ ਲੀਡਰ ਦੇ ਤੌਰ ਤੇ ਐਸਟੈਬਲਿਸ਼ ਕਰਕੇ ਤੇ 5 ਸਾਲਾਂ ਬਾਅਦ ਉਹਨੂੰ ਮੁੱਖ ਮੰਤਰੀ ਬਣਾਉਣ ਵਾਸਤੇ ਹੀ ਪੇਸ਼ ਕਰ ਦਈਏ। ਇਹਦਾ ਪਾਰਟੀ ਦੇ ਅੰਦਰੋਂ ਵਿਰੋਧ ਹੋ ਰਿਹਾ ਤੇ ਲੋਕੀ ਕਹਿੰਦੇ ਆ ਕਿ ਵਿਰੋਧ ਪਾਰਟੀ ਅੰਦਰੋਂ ਨਹੀਂ ਹੋ ਰਿਹਾ, ਪਰਿਵਾਰ ਚੋਂ ਹੋ ਰਿਹਾ। ਨਵਾਜ਼ ਦੇ ਬੰਦੇ ਸਮਝਦੇ ਆ ਕਿ ਨਵਾਜ਼ ਸ਼ਰੀਫ ਨੂੰ ਉਹਦੀ ਧੀ ਤੇ ਜਵਾਈ ਨੂੰ ਜੇਲ੍ਹ ਚ ਤਾੜ ਕੇ ਤੇ ਭਰਾ ਇੱਕ ਆਪਣੀ ਸਰੀਕਾਂ ਵਾਲੀ ਖੇਡ ਖੇਡਦਾ ਪਿਆ। ਜਿਹੜੇ ਲੋਕ ਇਹ ਸਮਝਦੇ ਕਿ ਸ਼ਹਿਬਾਜ਼ ਸ਼ਰੀਫ ਗਲਤ ਕਰਦਾ, ਉਹ ਕਹਿੰਦੇ ਜੀ ਇਹ ਕੋਈ ਤਰੀਕਾ ਕਿ ਪਿਓ ਕੌਮੀ ਅਸੈਂਬਲੀ ਚ ਆਪੋਜੀਸ਼ਨ ਲੀਡਰ ਹੋਵੇ ਤੇ ਪੁੱਤ ਪੰਜਾਬ ਦੀ ਅਸੈਂਬਲੀ ਚ ਹੋਵੇ। ਜੇ ਵਿਰੋਧ ਕਰਨਾ ਪਿਆ ਕੀ ਕਰਨਾ ਸੀ ਉਦੋਂ ਕਰਦੇ ਜਦੋਂ ਵੱਡਾ ਭਰਾ ਪ੍ਰਧਾਨ ਮੰਤਰੀ ਤੇ ਛੋਟਾ ਭਰਾ ਪੰਜਾਬ ਦਾ ਮੁੱਖ ਮੰਤਰੀ ਸੀ। ਅੱਜ ਵਿਰੋਧ ਦਾ ਕੀ ਫਾਇਦਾ? ਇਹ ਵੇਲਾ ਕਵਾ ਕੇ ਹੁਣ ਕਵੇਲੇ ਦੀਆਂ ਬਾਂਗਾਂ ਕੁਛ ਲੋਕ ਮਾਰਦੇ ਆ। ਸ਼ਹਿਬਾਜ਼ ਸ਼ਰੀਫ ਦੇ ਹੱਥ ਚ ਇਸ ਵੇਲੇ ਪਾਰਟੀ ਹੈ, ਉਹਨੇ ਮੁੰਡਾ ਪ੍ਰਮੋਟ ਕਰਨਾ ਤੇ ਕਰ ਹੀ ਲੈਣਾ ਜੀ। ਪੰਨੂ ਸਾਹਿਬ ਮੇਰੇ ਹੱਥ ਚ ਰੂੰਗਾ ਦੇ ਦਿਓ ਜੀ ਹਫ਼ਤਾਵਾਰੀ। ਇੱਕ ਖਬਰ ਤੁਹਾਡੇ ਤੱਕ ਨਹੀਂ ਪਹੁੰਚੀ, ਉਹ ਖਬਰਾਂ ਚੋਂ ਖਬਰ ਹੈ ਕਿ ਉੱਥੇ ਦੋ ਵੱਡੇ ਡੈਮ ਬਣਾਉਣ ਵਾਸਤੇ ਭਾਰਤ ਜਾ ਰਿਹਾ ਅਫਗਾਨਿਸਤਾਨ ਚ, ਤੇ ਇਹਦੇ ਤੋਂ ਪਾਕਿਸਤਾਨ ਬਹੁਤ ਨਾਰਾਜ਼ ਹੈ। ਨਾਰਾਜ਼ਗੀ ਇਸ ਕਰਕੇ ਵੀ ਕਿ ਭਾਰਤ ਉਹਦੇ ਚੜ੍ਹਦੇ ਪਾਸੇ ਤੇ ਹੈਗਾ ਹੀ ਆ ਤੇ ਲਿੰਦੇ ਪਾਸੇ ਵੀ ਜਾ ਕੇ ਤੰਬੂ ਗੱਡ ਰਿਹਾ, ਤੇ ਨਾਰਾਜ਼ਗੀ ਇਸ ਕਰਕੇ ਵੀ ਹੈ ਕਿ ਜੋ ਡੈਮ ਉੱਥੇ ਬਣ ਗਏ ਤੇ ਜਿਹੜਾ ਦਰਿਆਵਾਂ ਦੇ ਪਾਣੀ ਦਾ ਵਹਿਣ ਪਾਕਿਸਤਾਨ ਨੂੰ ਆਉਂਦਾ ਉਹ ਬੰਦ ਹੋ ਜਾਣਾ, ਇਸ ਗੱਲ ਤੋਂ ਬਹੁਤ ਨਾਰਾਜ਼ ਹੈ। ਉਹਦੀ ਨਾਰਾਜ਼ਗੀ ਤੇ ਲਿਖਿਆ ਭਾਰਤ ਕਰਨ ਅਫਗਾਨਾਂ ਦੀ ਮਦਦ ਪੁੱਜਾ, ਮਿਰਚ ਸੁਣੀ ਆ ਪਾਕ ਨੂੰ ਲੜੀ ਮੀਆਂ, ਕੀਤਾ ਸਖ਼ਤ ਆਰੋਸ ਕਿਉਂ ਹਿੰਦ ਜਾਂਦਾ, ਜਿੱਥੇ ਫੌਜ ਅਮਰੀਕੀ ਨਹੀਂ ਖੜੀ ਮੀਆਂ, ਜਿੱਥੇ ਕਿਤੇ ਵੀ ਜ਼ਰਾ ਹੈ ਵੇਲ ਮਿਲਦੀ, ਥਾਂ ਥਾਂ ਜਾਮਦਾ ਭਾਰਤ ਹੈ ਬੜੀ ਮੀਆਂ, ਇਸ ਦੇ ਆਏ ਤੋਂ ਸਿਰ ਅਫਗਾਨ ਚੁੱਕਣ, ਸਾਡੀ ਬੇਇੱਜ਼ਤੀ ਹੁੰਦੀ ਪਈ ਬੜੀ ਮੀਆਂ। ਅੱਗੋਂ ਬਾਕੀ ਚਾਰ ਲਾਈਨਾਂ ਨੇ, ਅਫਗਾਨ ਆਖਦੇ ਪਾਕ ਤੋਂ ਤੰਗ ਆ ਕੇ ਹਰ ਕੋਈ ਟੱਪ ਲਈ ਉਸਨੇ ਹੱਦ ਮੀਆਂ, ਆ ਗਿਆ ਆਪ ਤੇ ਹਿੰਦ ਨਹੀਂ ਚੱਲ ਇੱਥੇ, ਤਰਲਾ ਮਾਰ ਕੇ ਅਸੀਂ ਲਿਆ ਸੱਦ ਮੀਆਂ। ਉਹ ਕਹਿੰਦੇ ਪਾਕਿਸਤਾਨ ਜਦੋਂ ਸਾਰੀਆਂ ਹੱਦਾਂ ਟੱਪ ਗਿਆ ਤੇ ਅਸੀਂ ਭਾਰਤ ਦਾ ਤਰਲਾ ਮਾਰਿਆ, ਉਹਨੂੰ ਸੱਦਿਆ, ਇਹਨੂੰ ਮਰਜ਼ੀ ਨੀ ਅੱਗ ਚੱਬਿਆ ਹੀ ਕਹਿ ਲੋ, ਉਹ ਕਹਿੰਦੇ ਕਿ ਸਾਨੂੰ ਮਜਬੂਰੀ ਚ ਭਾਰਤ ਨੂੰ ਸੱਦਣਾ ਪਿਆ, ਭਾਰਤ ਆਪਣੇ ਆਪ ਇੱਥੇ ਨਹੀਂ ਹੈ। ਪੰਨੂ ਸਾਹਿਬ ਬਹੁਤ ਮਿਹਰਬਾਨੀ ਜੀ, ਬਹੁਤ ਧੰਨਵਾਦ ਤੁਹਾਡਾ ਜੁੜਨ ਦੇ ਵਾਸਤੇ, ਅਗਲੇ ਹਫ਼ਤੇ ਫਿਰ ਸਾਂਝ ਪਾਵਾਂਗੇ ਜੀ। ਮਿਹਰਬਾਨੀ, ਸ਼ੁਕਰੀਆ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਸੋ ਸੱਜਣੋ, ਜਤਿੰਦਰ ਪੰਨੂ ਸਾਹਿਬ ਦੇ ਨਾਲ ਗੱਲਬਾਤ ਚੱਲ ਰਹੀ ਸੀ, ਪ੍ਰੋਗਰਾਮ ਦਾ ਇਹ ਪਹਿਲਾ ਹਿੱਸਾ ਲਗਭਗ ਕੰਪਲੀਟ ਹੈ ਔਰ ਅਗਲੇ ਹਿੱਸੇ ਦੇ ਵਿਚ ਅਸੀਂ ਨਵਰੀਤ ਸਿਵੀਆਂ ਹੋਰਾਂ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿਉਂਕਿ ਬਾਠ ਸਾਹਿਬ ਅੱਜ ਕੱਲ ਛੁੱਟੀ ਤੇ ਆ, ਉਹ ਸਿੰਗਾਪੁਰ ਬੈਠੇ ਆ, ਤੇ ਉਸ ਤੋਂ ਬਾਅਦ ਲੰਡਨ ਦੇ ਵਿਚੋਂ ਪਰਮਿੰਦਰ ਕੌਰ ਹਾਰਫੋਰਡ ਹੋਰੇ ਆਪਣੇ ਨਾਲ ਜੁੜਨਗੇ। ਬੜੀ ਬੇਵਾਕੀ ਦੇ ਨਾਲ ਉਹ ਪੋਸਟਾਂ ਲਿਖਦੇ ਨੇ ਔਰ ਜਦੋਂ ਦਾ ਅਸੀਂ ਸਟੇਟਸ ਪਾਇਆ ਕਿ ਉਹ ਸਾਡੇ ਨਾਲ ਸ਼ਾਮਲ ਹੋਣਗੇ, ਬਹੁਤ ਸਾਰੇ ਸਰੋਤੇ ਸੱਜਣ ਜਿਹੜੇ ਸਾਨੂੰ ਨਾਲ ਦੀ ਨਾਲ ਕਹਿ ਰਹੇ